ਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕਰਨ ਦੇ ਲਈ ਕਤਰਤ ਹੁੰਨਿਆ ਸ਼ਾਮਾਂ ਦੇ ਦੀਵਾਨਾ ਦੇ ਅੰਦਰ ਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਾਪਤੀ ਦੇ ਲਈ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਜੀ ਤੋਂ ਅਗਿਆ ਲੈ ਕੇ ਬਰੀ ਨਿਮਰਤਾ ਦੇ ਨਾਲ ਗੰਡੇ ਮਿੱਸੇ ਪ੍ਰਸ਼ਾਦ ਦੇ ਛਾਚ ਖੱਟੀ ਲੱਸੀ ਸੀਸ ਦੇ ਉੱਤੇ ਲੈ ਕੇ ਦੋ ਕਦਾਸੀਆਂ ਨੂੰ ਨਾਲ ਲੈ ਕੇ ਨੰਗੇ ਪੈਰ ਸ੍ਰੀ ਅਮਰitsar ਸਾਹਿਬ ਤੋਂ ਬੀੜ ਬਾਬੇ ਬੁੱਢੇ ਕੀ ਵਿਖੇ ਚਾਲਾ ਮਾਰਦੇ ਨੇ ਤੇ ਜਦੋਂ ਮਾਤਾ ਗੰਗਾ ਜੀ ਜਾ ਰਹੇ ਨੇ ਤਦੋਂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਅਤੇ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇ ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੂੰ ਯਾਦ ਕਰਦੇ ਹੋਏ ਬੀੜ ਬਾਬੇ ਬੁੱਢੇ ਕੀ ਪਹੁੰਚਦੇ ਨੇ ਤੇ ਜਾ ਕੇ ਬਾਬਾ ਬੁੱਢਾ ਜੀ ਉਹਨਾਂ ਨੂੰ ਦੇਖ ਕੇ ਬਹੁਤ ਪ੍ਰਸੰਨ ਹੁੰਦੇ ਨੇ ਤੇ ਬਚਨ ਕਰਦੇ ਨੇ ਮਾਤਾ ਜਾਣਦੀ ਹੁੰਦੀ ਹੈ ਕਿ ਪੁੱਤਰ ਨੂੰ ਕਦੋਂ ਭੁੱਖ ਲੱਗੀ ਹੈ ਤੇ ਮਾਤਾ ਆਪਣੇ ਪੁੱਤਰ ਦੇ ਲਈ ਪ੍ਰਸ਼ਾਦਾ ਤੇ ਤ੍ਰਿਕਹਾਵੰਤ ਬਾਬੇ ਬੁੱਢੇ ਨੂੰ ਜਲ ਛਕਾਣ ਦੇ ਲਈ ਲੱਸੀ ਛਕਾਣ ਦੇ ਲਈ ਲੱਸੀ ਵੀ ਲੈ ਕੇ ਆਈ ਹੈ ਜਦੋਂ ਇਹਨੇ ਬਚਨ ਕਰਦੇ ਨੇ ਮਾਤਾ ਬੜੇ ਪ੍ਰੇਮ ਦੇ ਨਾਲ ਬਾਬਾ ਬੁੱਢਾ ਜੀ ਨੂੰ ਪ੍ਰਸ਼ਾਦਾ ਛਕਾਉਂਦੇ ਨੇ ਤੇ ਜਿਵੇਂ ਹੀ ਬਾਬਾ ਬੁੱਢਾ ਜੀ ਚੂਲੀ ਕਰਕੇ ਹੱਥ ਤੁੰਦੇ ਨੇ ਬੱਦਲ ਦੇ ਅੰਦਰ ਬਿਜਲੀਆਂ ਗੜਕਦੀਆਂ ਨੇ ਤੇ ਇੱਕ ਇਸ਼ਾਰਾ ਮਿਲਦਾ ਵੀ ਮਹਾਵਲੀ ਜੂਦਾ અવਤਾਰ ਪੈਦਾ ਹੋਣ ਦੀ ਨਿਸ਼ਾਨੀ ਬਾਬਾ ਬੁੱਢਾ ਜੀ ਪ੍ਰਗਟ ਕਰਨ ਲੱਗੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਈ ਵਰ ਦਿੱਤਾ ਮਾਤਾ ਤੁਹਾਡੇ ਘਰ ਵਿਖੇ ਇੱਕ ਮਹਾਵਲੀ ਪੁੱਤਰ ਪੈਦਾ ਹੋਵੇਗਾ ਜਿਸ ਦਾ ਨਾਮ ਹਰਗੋਬਿੰਦ ਰੱਖਣਾ ਤੇ ਉਹ ਦੁਸ਼ਮਨਾ ਦੇ ਸੀਸ ਇਸ ਤਰ੍ਹਾਂ ਹੀ ਪੰਨੇ ਗਾਲ ਜਿਸ ਤਰ੍ਹਾਂ ਮੈਂ ਮਿਸੇ ਪ੍ਰਸ਼ਾਦੇ ਦੇ ਉੱਤੇ ਗੰਡਾ ਰੱਖ ਕੇ ਪੰਨਿਆ ਤੇ ਉਹ ਨਾ ਕੇਵਲ ਇੱਕ ਮਹਾਬਲੀ અવਤਾਰ ਹੋਵੇਗਾ ਪਰ ਭਗਤੀ ਦਾ ਸੂਰਬੀਰਤਾ ਦਾ ਇੱਕ ਅਚੂਕ ਪ੍ਰਤੀਕ ਹੋਵੇਗਾ ਉਸ ਤੇ ਬਰਾਬਰ ਕੋਈ ਬਲਵਾਨ ਨਹੀਂ ਹੋਵੇਗਾ ਉਸ ਤੇ ਬਰਾਬਰ ਧਰਤੀ ਤੇ ਕੋਈ ਵੀ ਤਪਵਾਨ ਵਾਲਾ ਵੀ ਨਹੀਂ ਹੋਵੇਗਾ ਐਨੇ ਬਚਨ ਪ੍ਰਾਪਤ ਕਰਕੇ ਮਾਤਾ ਗੰਗਾ ਜੀ ਬਹੁਤ ਖੁਸ਼ ਹੁੰਦੇ ਨੇ ਅਜ ਮਾਤਾ ਗੰਗਾ ਵਾਪਸ ਜਾ ਰਹੇ ਨੇ ਆਓ ਬਚਨ ਸਰਵਣ ਕਰਿਏ ਕਿਵੇਂ ਗੁਰੂ ਅਰਜਨ ਦੇਵ ਜੀ ਨੂੰ ਜਾ ਕੇ ਸੁਨੇਹਾ ਸੁਣਾਣਗੇ ਸਾਰੇ ਸਿੰਘ ਪੰਜ ਪੰਜ ਛੰਦ ਆਪੇ ਹੀ ਕਰੀ ਜਾਣਾ ਜੀ ਆਓ ਪ੍ਰੇਮ ਦੇ ਨਾਲ ਕਥਾ ਸਰਵਣ ਕਰਿਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤਤ ਅਛਨ ਮਿਲੇ ਦਾਸ ਗਨ ਦਾਸੀ ਸੋ ਸਤਿ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਵਰ ਲੈ ਕੇ ਮਾਤਾ ਗੰਗਾ ਜੀ ਬਾਬੇ ਬੁੱਢੇ ਕੋਲ ਜਦੋਂ ਪਹੁੰਚੇ ਸੀ ਵਰ ਦੀ ਪ੍ਰਾਪਤੀ ਵੀ ਹੋ ਗਈ ਸਾਰੇ ਦਾਸ ਦਾਸੀਆਂ ਜਿਹੜੇ ਪਿੱਛੇ ਰੁਕੇ ਹੋਏ ਸੀਗੇ ਉਹ ਆ ਕੇ ਮਾਤਾ ਗੰਗਾ ਜੀ ਨੂੰ ਮਿਲੇ ਦੇਖ ਸਤ ਬਦਨ ਦੇਖ ਸੁਖ ਮਾਨ ਬਿਗਸਦ ਅਰਥ ਹੁੰਦਾ ਪ੍ਰਸੰਨ ਹੋਣਾ ਉਹਨਾਂ ਨੇ ਦੇਖਿਆ ਮਾਤਾ ਗੰਗਾ ਜੀ ਬਹੁਤ ਖੁਸ਼ ਨੇ ਉਹ ਬਹੁਤ ਪ੍ਰਸੰਨ ਨੇ ਤੇ ਮਨ ਦੇ ਅੰਦਰ ਸੁਖ ਦੀ ਪ੍ਰਤੀਤ ਹੋਈ ਕਹੋ ਮਾਤ ਬਾਂਛਤ ਅਬ ਪਾਇਯਹੋ ਕਹਿੰਦੇ ਮਾਤਾ ਤੁਸੀਂ ਪੁੱਤਰ ਦੀ ਇੱਛਾ ਰੱਖਦੇ ਸੀ ਉਹ ਪੂਰੀ ਹੋ ਗਈ ਸੇਵੇ ਭਲੀ ਭਾਂਤ ਹਿਤ ਠਾਨ ਤੁਸੀਂ ਬਹੁਤ ਭਲੀ ਪ੍ਰਕਾਰ ਦੇ ਨਾਲ ਬਾਬਾ ਬੁੱਢਾ ਜੀ ਦੀ ਸੇਵਾ ਕੀਤੀ ਬਹੁਤ ਪ੍ਰੇਮ ਦੇ ਨਾਲ ਤਾਂ ਤੁਹਾਨੂੰ ਪੁੱਤਰ ਦੀ ਪ੍ਰਾਪਤੀ ਦਾ ਵਰ ਮਿਲਿਆ ਹੈ ਸਭ ਕੋ ਧੀਰਜ ਦੇ ਕਹ ਬ੍ਰਿਧ ਬਚ ਸਾਰਿਆਂ ਨੂੰ ਤੀਰਜ ਪ੍ਰਾਪਤ ਹੋਈ ਬਾਬਾ ਬੁੱਢਾ ਜੀ ਦੇ ਬਚਨੋਂ ਇਹ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਬਈ ਗੁਰਤਾ ਗੱਦੀ ਦੇ ਅਗਲੇ ਵਾਰਸ ਪ੍ਰਗਟ ਹੋਣਗੇ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਦੇ ਘਰ ਸੁਪੁੱਤਰ ਹੋਵੇਗਾ ਆਏ RAM DAS ਪੁਰਥਾਨ ਸ੍ਰੀ ਗੁਰ ਅੰਮ੍ਰਿਤਸਰ ਸਾਹਿਬ ਵਿਖੇ ਮਾਤਾ ਗੰਗਾ ਜੀ ਦੁਬਾਰਾ ਵਾਪਸ ਆਉਂਦੇ ਨੇ ਸਭ ਹਿੰਨ ਗੁਰੂ ਕਹੋ ਧਿਆਨ ਤਰਕ ਤਾਰ ਕਰ ਸਾਰੇ ਹੀ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਰੂਪ ਹਿਰਦੇ 'ਚ ਧਾਰਨ ਕਰਕੇ ਧਿਆਨ ਕਰਕੇ ਮਹਾਰਾਜ ਜੀ ਦਾ ਨਮਹ ਚਰਨ ਕਰ ਬਿਨਾ ਬਖਾਨ ਬੜੇ ਪ੍ਰੇਮ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮੱਥਾ ਟੇਕਦੀ ਆ ਸੰਗਤ ਮਾਤਾ ਗੰਗਾ ਜੀ ਵੀ ਆ ਕੇ ਪਾਤਸ਼ਾਹ ਦੇ ਚਰਨ ਪਰਸਦੇ ਨੇ ਜਿਸ ਦਿਨ ਮਾਤ ਗੰਗ ਬਰਕ ਲੀਨਸ ਜਿਵੇਂ ਮਾਤਾ ਗੰਗਾ ਜੀ ਨੇ ਪੁੱਤਰ ਦਾ ਵਰ ਲਿਆ ਸੀ ਤੇਸ ਦਿਨ ਸੋਤ ਚਾਹਤ ਸੋ ਜਾਏ ਕਹਿੰਦੇ ਉਸ ਦਿਨ ਸਾਰੀ ਔਸਤਰੀਆਂ ਨੀਆਂ ਪ੍ਰਸੰਨ ਸੀਗੀਆਂ ਉਹ ਕਹਿੰਦੇ ਵੀ ਮਾਤਾ ਗੰਗਾ ਜੀ ਨੂੰ ਜੋ ਪੁੱਤਰ ਦਾ ਵੱਲ ਮਿਲਿਆ ਤੇ ਸਾਨੂੰ ਵੀ ਮਿਲ ਜਾਏਗਾ ਜੋ ਵੀ ਇੱਛਾ ਪੁੱਤਰ ਦੀ ਕਾਮਨਾ ਹੋਵੇ ਉਹ ਇਸ ਤਰ੍ਹਾਂ ਹੀ ਕਰੇ ਕਬੀਰਾਇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜੇ ਆਣ ਵੱਲੇ ਸਮੇਂ ਦੇ ਅੰਦਰ ਕਿਸੇ ਨੂੰ ਪੁੱਤਰ ਲੈਣ ਦੀ ਇੱਛਾ ਹੋਵੇ ਪੁੱਤਰ ਪ੍ਰਾਪਤੀ ਦੀ ਇੱਛਾ ਹੋਵੇ ਮਾਤਾ ਨੂੰ ਉਪੁੱਤਰ ਲੈਣ ਦਾ ਤਰੀਕਾ ਇਦਾਂ ਹੈ ਭਈ ਬੀੜ ਬਾਬੇ ਬੁੱਢੇ ਕੀ ਵਿਖੇ ਨੰਗੇ ਪੈਰ ਮਿੱਸੇ ਪ੍ਰਸ਼ਾਦੇ ਗੰਡਾ ਲੈ ਕੇ ਲੱਸੀ ਲੈ ਕੇ ਆਪਣੇ ਸਥਾਨ ਤੋਂ ਚੱਲ ਕੇ ਨੰਗੇ ਪੈਰ ਬੀੜ ਬਾਬੇ ਬੁੱਢੇ ਕੀ ਜਾਣ ਤੇ ਸੰਗਤ ਨੂੰ ਪ੍ਰਸ਼ਾਦਾ ਛਕਾਣ ਤੇ ਸੰਗਤ ਦੇ ਅੰਦਰ ਗੁਰੂ ਵਰਤਦਾ ਸੰਗਤ ਦੇ ਅੰਦਰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਪਰਮੇਸ਼ਰ ਰੂਪ ਹੋ ਕੇ ਵਰਤਦੇ ਨੇ ਉਹ ਵੇ ਪਾਵਨਾ ਪੂਜੀ ਕਰਨਗੇ ਜਿਵੇਂ ਮਾਤਾ ਗੰਗਾ ਦੀ ਕੀਤੀ ਸੀ ਤਸ ਪ੍ਰਸਾਦ ਕਰ ਤਹਿ ਥਲ ਤਸ ਪ੍ਰਸਾਦ ਕਰ ਤਹਿ ਥਲ ਪਹੁੰਚਹਿ ਕਹਿੰਦੇ ਉਹ ਪ੍ਰਸ਼ਾਦ ਤਿਆਰ ਕਰਕੇ ਜਿਵੇਂ ਮਾਤਾ ਗੰਗਾ ਗਈ ਸੀ ਉਵੇਂ ਹੀ ਪਹੁੰਚਣ ਔਰ ਮੈਂ ਬ੍ਰਿਧ ਕੋ ਧਿਆਨ ਤਰਾਈ ਫਿਰਦੇ ਦੇ ਅੰਦਰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਧਿਆਨ ਤਰ ਕੇ ਪੁਰਤਾਰ ਹੈ ਜੋ ਅੰਤਰਨਾਮ ਸਰਬ ਮੈ ਭੀਖ ਹੈ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰੇ ਨਾਨਕ ਉਹ ਅਪਰਸ ਸਗਲ ਨਿਸਤਾਰੇ ਜਿਸ ਤਰ੍ਹਾਂ ਬਾਬਾ ਬੁੱਢਾ ਜੀ ਦਾ ਹਿਰਦੇ ਦੇ ਅੰਦਰ ਧਿਆਨ ਧਰ ਕੇ ਵਾਹਿਗੁਰੂ ਗੁਰਮੰਤਰ ਜਪਦੇ ਹੋਏ ਸੇਵਾ ਸ਼ੁੱਧ ਭਾਵ ਨਾਲ ਕਰਕੇ ਪ੍ਰਸ਼ਾਦੇ ਲੈ ਕੇ ਜਾਏਗਾ ਕਰ ਕਰ ਅਰਦਾਸ ਆਹਾਰ ਸੋ ਬੰਟ ਹੈ ਕਹਿੰਦੇ ਪ੍ਰੇਮ ਦੇ ਨਾਲ ਆਹਾਰ ਤਿਆਰ ਕਰੇ ਸੰਗਤ ਦੇ ਅੰਦਰ ਵਰਤਾਏ ਤੇ ਜੋ ਭਾਵਨਾ ਕਰੇਗਾ ਪੂਰੀ ਉਹ ਪੂਰੀ ਹੋਵੇਗੀ ਮਾਤਾ ਦੀ ਭਾਵਨਾ ਪੁੱਤਰ ਦੀ ਨਿਜ ਕਰਤੇ ਸਭ ਸੇਵ ਕਰਾਏ ਪਰ ਇਹ ਗੱਲ ਹੈ ਵੀ ਜਿਹੜੀ ਸੇਵਾ ਕਰੇ ਪ੍ਰਸ਼ਾਦੇ ਬਣਾਏ ਆਪਣੇ ਹੱਥੀ ਬਣਾਏ ਕਿਸੇ ਸੇਵਾਦਾਰ ਨੂੰ ਲਾ ਕੇ ਨਾ ਬਣਾਏ ਜਿਸ ਇਸਤਰੀ ਨੂੰ ਪੁੱਤਰ ਦੀ ਇੱਛਾ ਹੈ ਨੰਦਨ ਬਾਂਚਤ ਨੰਦਨ ਪਾਵਹ ਜੋ ਵੀ ਕੋਈ ਪੁੱਤਰ ਦੀ ਇੱਛਾ ਰੱਖਦਾ ਹੋਵੇ ਉਹਨੂੰ ਪੁੱਤਰ ਦੀ ਪ੍ਰਾਪਤੀ ਹੋਵੇਗੀ ਕੇਵਲ ਮਨ ਦੇ ਅੰਦਰ ਨਿਮਰਤਾ ਧਾਰ ਕੇ ਸ਼ਰਧਾ ਭਾਵ ਦੇ ਨਾਲ ਸੇਵਾ ਲਈ ਨੰਗੇ ਪਾਉ ਜਾ ਕੇ ਬੀੜ ਬਾਬੇ ਬੁੱਢੇ ਕੀ ਵਿਖੇ ਪ੍ਰਸ਼ਾਦਾ ਖੱਟੀ ਲੱਸੀ ਤੇ ਗੰਡਿਆਂ ਦਾ ਆਚਾਰ ਦੇ ਕੇ ਆਵੇ ਅਪਲੋ ਫਲਦਾਇਕ ਵਹਿ ਥਾਏ ਅੱਜ ਤੱਕ ਕਬੀਰਾਇ ਭਾਈ ਸੰਤੋਖ ਸਿੰਘ ਜੀ ਕਹਿੰਦੇ ਅਸੀਂ ਗ੍ਰੰਥ ਲਿਖ ਰਹੇ ਹਾਂ ਤੇ ਅਸੀਂ ਸੰਗਤ ਨੂੰ ਵੀ ਪੁੱਛਿਆ ਉੱਥੇ ਜਾ ਕੇ ਦੇਖਿਆ ਵੀ ਹੈ ਇਹ ਗੱਲ ਅੱਜ ਤੱਕ ਉਦਾਂ ਹੀ ਹੋ ਰਹੀ ਹੈ ਅੱਜ ਵੀ ਸੰਗਤ ਜੀ ਜਿਹੜਾ ਵੀ ਬਾਬਾ ਬੁੱਢਾ ਦੀ ਬੀੜ ਵਿਖੇ ਜਾਂਦਾ ਹੈ ਉਸ ਇਸਤਰੀ ਦੀ ਭਾਵਨਾ ਜ਼ਰੂਰ ਪੂਰੀ ਹੁੰਦੀ ਹੈ ਗੁਰੂ ਸਾਹਿਬ ਮਹਾਰਾਜ ਨੂੰ ਪੁੱਤਰ ਦੀ ਦਾਤ ਬਖਸ਼ ਕੇ ਉਸ ਨੂੰ ਇੱਕ ਖਿਤਾਬ ਮਾਂ ਦਾ ਦੇ ਦਿੰਦੇ ਨੇ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਸਦਕਾ ਬਾਬਾ ਬੁੱਢਾ ਜੀ ਦੇ ਮੁਖ ਤੋਂ ਜੋ ਵਰ ਨਿ ਕਲਵਾਇਆ ਉਹ ਜਗਤ ਦੇ ਅੰਦਰ ਸਾਰੀਆਂ ਇਸਤਰੀਆਂ ਇਦਾਂ ਹੀ ਕਰਨ ਲੱਗ ਪਈਆਂ ਪੁੱਤਰ ਪ੍ਰਾਪਤੀ ਲਈ ਗ੍ਰਹਿ ਲਗ ਆਵਤ ਗੰਗਾ ਪਰਸੋ ਕਹਿੰਦੇ ਮਾਤਾ ਗੰਗਾ ਜੀ ਜਦੋਂ ਗ੍ਰਹਿ ਵਿਖਿਆਏ ਗੁਰੂ ਅਰਜਨ ਦੇਵ ਜੀ ਨੂੰ ਮਿਲੇ ਥਕਤ ਭਈ ਬਹੁ ਮ੍ਰਿਤਲ ਮ੍ਰਿਤਲ ਸਰੀਰ ਕਹਿੰਦੇ ਬਹੁਤ ਦੂਰ ਪੈਂਡਾ ਨੰਗੇ ਪੈਰ ਤੈਅ ਕਰਕੇ ਗਈ ਸੀ ਕਿ ਮਾਤਾ ਨਾਲ ਦੋ ਦਾਸੀਆਂ ਵੀ ਗਈਆਂ ਸੀ ਸਰੀਰ ਬਹੁਤ ਥੱਕ ਗਿਆ ਜਦੋਂ ਘਰ ਆਏ ਵਾਪਸੀ ਅਸਨ ਖਾਨ ਪੁਨਕੀਨਸ ਕੋਚ ਨਹ ਉਹਨਾਂ ਨੇ ਰਸਤੇ ਦੇ ਅੰਦਰ ਵੀ ਕੁਝ ਨਹੀਂ ਖਾਇਆ ਮਾਤਾ ਗੰਗਾ ਜੀ ਨੇ ਤੇ ਉੱਥੇ ਜਾ ਕੇ ਵੀ ਕੁਝ ਨਹੀਂ ਖਾਇਆ ਤੇ ਆ ਕੇ ਹੁਣ ਮਾਤਾ ਗੰਗਾ ਜੀ ਨੂੰ ਪੁੱਖ ਤੇ ਪਿਆਸ ਤੇ ਥਕਾਵਟ ਹੋ ਰਹੀ ਹੈ ਸੂਕੇ ਅਤਰਨ ਪੀਨੋ ਨੀਰ ਮਾਤਾ ਗੰਗਾ ਜੀ ਦਾ ਗੱਲ ਸੁਕਰਿਆ ਸੀ ਤੇ ਮਾਤਾ ਗੰਗਾ ਜੀ ਨੇ ਸਭ ਤੋਂ ਪਹਿਲੇ ਪਾਣੀ ਪੀਣ ਦੀ ਇੱਛਾ ਪ੍ਰਗਟ ਕੀਤੀ ਚਰਨ ਅਰਨ ਅਤ ਰੁਦਰ ਚਵਤ ਜਨ ਹਾਂਜੀ ਤਨ ਮਾਤਾ ਗੰਗਾ ਜੀ ਤਨ ਮਾਤਾ ਗੰਗਾ ਜੀ ਤਨ ਮਾਤਾ ਗੰਗਾ ਜੀ ਤਨ ਅਸੀ ਮਾਤਾ ਜਿਹੜੀ ਪੁੱਤਰ ਦੀ ਪ੍ਰਾਪਤੀ ਦੇ ਲਈ ਵੱਡ ਜੋਦਾ ਬਹੁ ਪਰਉਪਕਾਰੀ ਸਤਗੁਰਾਂ ਦਾ ਵਰ ਲੈਣ ਦੇ ਲਈ ਨੰਗੇ ਪੈਰ ਜਾਂਦੀ ਹੈ ਮਾਤਾ ਦੇ ਪੈਰਾਂ ਚੋਂ ਰੁੱਦਰ ਵਗਦਾ ਖੂਨ ਵਗਦਾ ਰਸਤੇ ਚ ਕੰਡੇ ਚੁਬਦੇ ਨੇ ਪਰ ਮਾਤਾ ਸਿੱਧਕ ਤੋਂ ਨਹੀਂ ਡੋਲਦੀ ਮਾਤਾ ਨੰਗੇ ਪੈਰ ਪੈਰਾਂ ਦੇ ਅੰਦਰ ਬਹੁਤ ਕਟਾ ਚੁਬਦਾ ਕੰਡੇ ਚੁਬਦੇ ਨੇ ਪੱਥਰ ਚੁਬਦੇ ਨੇ ਮਾਤਾ ਦੇ ਕੋਮਲ ਪੈਰਾਂ ਚੋਂ ਖੂਨ ਵਗਦਾ ਆ ਕੇ ਮਾਤਾ ਜਦੋਂ ਦੇਖਦੀ ਹੈ ਖੂਨ ਵਗਦਾ ਲਪਟੀ ਧੂਰ ਅੰਗ ਅਰਚੀਰ ਕੱਪੜਿਆਂ ਦੇ ਉੱਤੇ ਕੱਟਾ ਮਿੱਟੀ ਪੈ ਗਈ ਤੇ ਮਾਤਾ ਦੇ ਅੰਗਾਂ ਦੇ ਉੱਤੇ ਮਿੱਟੀ ਪੈ ਗਈ ਪਰ ਮਾਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਮੰਨ ਕੇ ਚਲੇ ਗਏ ਪੁੱਤਰ ਪ੍ਰਾਪਤੀ ਲਈ ਛੁਜਤ ਤ੍ਰਿਕਤ ਪੁਨ ਸ਼੍ਰੋਮ ਬਹੁ ਹੋਵਾ ਤਾਂ ਜੀ ਛੁਦਤ ਕਹਿੰਦੇ ਨੇ ਭੁੱਖ ਲੱਗਣੇ ਨੂੰ ਤ੍ਰਿਕਤ ਕਹਿੰਦੇ ਨੇ ਪਿਆਸ ਲੱਗਣੇ ਨੂੰ ਤੇ ਸ਼੍ਰੋਮ ਕਹਿੰਦੇ ਨੇ ਥਕਾਵਟ ਨੂੰ ਮਾਤਾ ਨੂੰ ਥਕਾਵਟ ਵੀ ਬਹੁਤ ਹੈ ਭੁੱਖ ਪਿਆਸ ਵੀ ਬਹੁਤ ਹੈ ਸ਼ਰਮ ਥਕਾਵਟ ਨੂੰ ਕਹਿੰਦੇ ਨੇ ਬਹੁ ਹੋਵਾ ਬਹੁਤ ਜਿਆਦਾ ਹੋ ਗਈ ਹੈ ਤਉ ਪ੍ਰੇਮ ਤੇ ਤਜੀ ਨ ਤੀਰ ਪਰ ਮਾਤਾ ਨੇ ਆਪਣੀ ਪ੍ਰੇਮ ਦੀ ਤੀਰ ਨਹੀਂ ਤਜੀ ਮਾਤਾ ਨੇ ਆਪਣਾ ਪ੍ਰੇਮ ਨਹੀਂ ਛੱਡਿਆ ਮਾਤਾ ਪ੍ਰੇਮ ਦੇ ਨਾਲ ਵਾਹਿਗੁਰੂ 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 ਕਰਦੀ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਪੜ੍ਹਦੀ ਜਪਜੀ ਸਾਹਿਬ ਪੜ੍ਹਦੀ ਬੀੜ ਬਾਬੇ ਬੁੱਢੇ ਕੀ ਗਈ ਮਾਤਾ ਗੰਗਾ ਜੀ ਸਰਬ ਆਰ ਬਲ ਸੁਖ ਸੋ ਬੀਤੇ ਸਾਰੀ ਮਾਤਾ ਦੀ ਉਮਰ ਬੜੇ ਪ੍ਰੇਮ ਦੇ ਨਾਲ ਬੀਤੀ ਸੀ ਕਦੇ ਦਾਸੀ ਦਾਸੀਆਂ ਕੋਲ ਸੀਗੇ ਕਦੀ ਕੋਈ ਬਹੁਤ ਮਿਹਨਤਲਾ ਕੰਮ ਨਹੀਂ ਕਰਨਾ ਪਿਆ ਮਾਤਾ ਜੀ ਪਹਿਲੀ ਵਾਰੀ ਇੰਨਾ ਪੈਂਡਾ ਤੈਅ ਕਰਕੇ ਨੰਗੇ ਪੈਰ ਬਿਨਾਂ ਦਾਸੀਆਂ ਤੋਂ ਆਪ ਸੇਵਾ ਕਰਕੇ ਪ੍ਰਸ਼ਾਦਾ ਬਣਾ ਕੇ ਲੈ ਕੇ ਗਏ ਮਾਤਾ ਦੀ ਸੇਵਾ ਨੂੰ ਕੋਟਾਨ ਕੋਟਾਨ ਨਮਸਕਾਰ ਹੈ ਨਹੀਂ ਵਿਸਾਦ ਭਇਓ ਕਬ ਕੋਈ ਅੱਜ ਤੱਕ ਇੰਨਾ ਕਦੀ ਵਿਸਾਦ ਕਹਿੰਦੇ ਨੇ ਵੀ ਇੰਨਾ ਕਦੇ ਔਖਾ ਕੰਮ ਨਹੀਂ ਕਰਨਾ ਪਿਆ ਇੰਨੀ ਕਦੀ ਮਿਹਨਤ ਨਹੀਂ ਕਰਨੀ ਪਈ ਕਿਉਂਕਿ ਦਾਸ ਦਾਸੀਆਂ ਕਰਨ ਨਹੀਂ ਦਿੰਦੇ ਸੀਗੇ ਵੀ ਗੁਰੂ ਘਰ ਦੇ ਮਹਿਲ ਨੇ ਤੇ ਅੱਜ ਤੱਕ ਇੰਨੀ ਮਿਹਨਤ ਨਹੀਂ ਕਰਨੀ ਪਈ ਗਮਨ ਪੰਥ ਕੋ ਕਹ ਕਯੋ ਕਬਰ ਕੀ ਨਸ ਗਮਨ ਪੰਥ ਕੋ ਕਿਉਂ ਕਬ ਕੀ ਨਸ ਕਹਿੰਦੇ ਇੰਨਾ ਪੰਥ ਪਹਿਲਾਂ ਕਿਉਂ ਕਦੇ ਪੰਡਾ ਤੈ ਹੀ ਨਹੀਂ ਕਰਨਾ ਪੈਂਦਾ ਸੀ ਸੇਵਾਦਾਰ ਲੈ ਜਾਂਦੇ ਸੀ ਮਾਤਾ ਨੂੰ ਜਾਂ ਤੇ ਅਦਿਕ ਥਕਤ ਭਈ ਸੋਏ ਤਨ ਮਾਤਾ ਗੰਗਾ ਜੀ ਅਦਕ ਬਹੁਤ ਜਿਆਦਾ ਥੱਕ ਗਈ ਤੇ ਕੁਝ ਜਲ ਜਾਂ ਪੀ ਕੇ ਹੀ ਮਾਤਾ ਗੰਗਾ ਜੀ ਵਿਸ਼ਰਾਮ ਚਾ ਗਏ ਨੀਠ ਨੀਠ ਕਰ ਆਨ ਪਹੁੰਚੇ ਜਦੋਂ ਮਾਤਾ ਗੰਗਾ ਜੀ ਵਾਪਸੀ ਆਏ ਤੇ ਥਕਾਵਟ ਬਹੁਤ ਸੀਗੀ ਸ਼ਰੀਰ ਨੂੰ ਹੌਲੀ ਹੌਲੀ ਆ ਕੇ ਮਾਤਾ ਗੰਗਾ ਜੀ ਜਦੋਂ ਘਾਰੇ 'ਚ ਪਹੁੰਚੇ ਪਾਏ ਸੋ ਬਾਛਤ ਹਰ ਖਤ ਹੋਏ ਸਰੀਰ ਤਾਂ ਥੱਕ ਗਿਆ ਪਰ ਮਨ ਬਹੁਤ ਚੜਦੀ ਕਲਾ 'ਚ ਹੈ ਮਾਤਾ ਦਾ ਕਿਉਂ ਕਿਉਂਕਿ ਪੁੱਤਰ ਦਾ ਵਰ ਪ੍ਰਾਪਤ ਹੋ ਗਿਆ ਗੁਰਤਾ ਗੱਦੀ ਤੇ ਬੈਠਣ ਲਈ ਗੁਰੂ ਅਰਗੁਬਿੰਦ ਸਾਹਿਬ ਦੇ ਪੁੱਤਰ ਪ੍ਰਾਪਤੀ ਦਾ ਵਰ ਮਿਲ ਗਿਆ ਹੈ ਕਛੂ ਖੇਦ ਕੋ ਗਿਣਤੀ ਨਹੀਂ ਮਨ ਮਾਤਾ ਨੂੰ ਥਕਾਵਟ ਵੀ ਕੋਈ ਦੁੱਖ ਨਹੀਂ ਦੇ ਰਹੀ ਮਾਤਾ ਨੂੰ ਭੁੱਖ ਪਿਆਸ ਵੀ ਕੋਈ ਜ਼ਿਆਦਾ ਸਤਾ ਨਹੀਂ ਰਿਹਾ ਕਿਉਂ ਕਿਉਂਕਿ ਮਾਤਾ ਨੂੰ ਪੁੱਤਰ ਦਾ ਵਰ ਮਿਲ ਗਿਆ ਹੈ ਤਿਰੰਕਾਲ ਕੀ ਚਿੰਤਾ ਖੋਏ ਬਹੁਤ ਦੇਰ ਦੀ ਜਿਹੜੀ ਚਿੰਤਾ ਸੀ ਉਹ ਦੂਰ ਹੋ ਗਈ ਉਸਨ ਉਹਦਕ ਕਰ ਚਰਨ ਪਖਾਰੇ ਤੇ ਮਾਤੇ ਨੇ ਕੀ ਕੀਤਾ ਸੇਵਾਦਾਰਾਂ ਨੇ ਗਰਮ ਜਲ ਲਿਆ ਕੇ ਦਿੱਤਾ ਮਾਤਾ ਨੇ ਸਭ ਤੋਂ ਪਹਿਲੇ ਪੈਰਾਂ ਤੇ ਲੱਗੇ ਕੰਡੇ ਗਰਮ ਪਾਣੀ ਦੇ ਨਾਲ ਚੁੰਨ ਕੇ ਆਰਾਮ ਨਾਲ ਪੈਰਾਂ ਨੂੰ ਸਾਫ਼ ਕੀਤਾ ਆਪਣੇ ਪੈਰਾਂ ਤੋਂ ਕੰਡੇ ਹਟਾਏ ਕਟਾ ਹਟਾਇਆ ਮਿੱਟੀ ਹੋਰ ਜਿਹੜੇ ਛੋਟੇ-ਮੋਟੇ ਕਿਣ ਕੰਕਰ ਲੱਗੇ ਸੀਗੇ ਕੰਕਰ ਜਿਵੇਂ ਪੈਬਲਸ ਕਹ ਲਈਏ ਆਪਣਾ ਛੋਟੇ ਪੱਥਰ ਲੱਗੇ ਸੀ ਉਹ ਮਾਤਾ ਨੇ ਦੂਰ ਕੀਤੇ ਦਾਸੀ ਬ੍ਰਿੰਦ ਕਰਹ ਸਭ ਸੇਵ ਮਾਤਾ ਗੰਗਾ ਜੀ ਦੀ ਦਾਸੀਆਂ ਸੇਵਾ ਕਰਦੀਆਂ ਨੇ ਜਿਹੜੀ ਦਾਸੀਆਂ ਕਦੀ ਮਾਤਾ ਨੂੰ ਪਾਣੀ ਦੇ ਗਲਾਸ ਲਈ ਉੱਠਣਾ ਨਹੀਂ ਪੈਂਦਾ ਸੀ ਉਹ ਮਾਤਾ ਚੱਲ ਕੇ ਕਈ ਦਾਸੀਆਂ ਵੀ ਬਿਰਾਗ ਚ ਹੋ ਗਈਆਂ ਦਾਸੀਆਂ ਦੇ ਵੀ ਨੇਤਰਾਂ ਚ ਜਲ ਆ ਗਿਆ ਮਾਤਾ ਦੇ ਪੈਰਾਂ ਚੋਂ ਖੂਨ ਰਿਸਦਾ ਦੇਖ ਕੇ ਤੇ ਦਾਸੀਆਂ ਮਾਤਾ ਜੀ ਦੀ ਸੇਵਾ ਦੇ ਲਈ ਕੋਈ ਤੌਲੀਆ ਲੈ ਕੇ ਖੜੀ ਐ ਕੋਈ ਗਰਮ ਜਲ ਲੈ ਕੇ ਖੜੀ ਐ ਕੋਈ ਪ੍ਰਸ਼ਾਦਾ ਲੈ ਕੇ ਖੜੀ ਐ ਕੋਈ ਮਾਤਾ ਗੰਗਾ ਜੀ ਦੇ ਲਈ ਠੰਡਾ ਪਾਣੀ ਲੈ ਕੇ ਖੜੀ ਐ ਵੀ ਮਾਤਾ ਗਰਮੀ ਚ ਆਈ ਐ ਕੋਈ ਮਾਤਾ ਜੀ ਦੇ ਚਰਨ ਕੁੱਟਣ ਲਈ ਖੜੀ ਐ ਦਾਸੀ ਮਾਤਾ ਦੀ ਸੇਵਾ ਲਈ ਤਤਛਿੰਨ ਦਾਸੀਆਂ ਤਿਆਰ ਨੇ ਮਾਤਾ ਜੀ ਨੂੰ ਦੇਖ ਕੇ ਦਾਸੀਆਂ ਮਨ ਚ ਬਹੁਤ ਵਿਰਾਗ ਕਰਦੀਆਂ ਨੇ ਵੀ ਸਾਡੀ ਮਾਤਾ ਦੇ ਚਰਨਾਂ ਚੋਂ ਖੂਨ ਰਿਸ਼ਤਾ ਹੈ ਤਬ ਲੋ ਸੰਦਿਆ ਭੀ ਰਵ ਅਸਥਿਓ ਇੰਨੀ ਧੀਰ ਨੂੰ ਸੰਦਿਆ ਵੀ ਹੋ ਗਈ ਕਿਉਂਕਿ ਮਾਤਾ ਅੰਮ੍ਰਿਤ ਵੇਲੇ ਗਏ ਸੀਗੇ ਤੇ ਜਦੋਂ ਮਾਤਾ ਵਾਪਸ ਆਏ ਦੁਪਹਿਰਾ ਵੀ ਢਲ ਗਿਆ ਸੀ ਤੇ ਹੁਣ ਸੰਦਿਆ ਸ਼ਾਮ ਦਾ ਸਮਾਂ ਹੋ ਗਿਆ ਰਹਿ ਰਾਸਦਾ ਕਹਤ ਕਹਤ ਭਈ ਪੋਜਨ लेबस जेव लेहु मा, जेव माता गंगा जी ने हुण सोचया ਵੀ ਪੂਜਨ ਕਰਨਾ ਠੀਕ ਰਹੇਗਾ ਤੇ ਮਾਤਾ ਗੰਗਾ ਜੀ ਨੇ ਦਾਸੀਆਂ ਨੂੰ ਕਿਹਾ ਪੂਜਨ ਛੱਕ ਲੋ ਤੁਸੀਂ ਵੀ ਤੇ ਮੈਂ ਵੀ ਛੱਕ ਲੈਨੀ ਆ ਪਤ ਦਰਸ਼ਨ ਕਰ ਅਸਨ ਅਗੋ ਅਚੋਗੀ ਹਾਂਜੀ ਮਾਤਾ ਗੰਗਾ ਜੀ ਨੇ ਕਿਹਾ ਵੀ ਦਾਸੀਓ ਤੁਸੀਂ ਪ੍ਰਸ਼ਾਦਾ ਛੱਕ ਲੋ ਮੈਂ ਤੇ ਆਪਣੇ ਪਤੀ ਦੇ ਦਰਸ਼ਨ ਕਰਾਂਗੀ ਪਤ ਦਰਸ਼ਨ ਕਰ ਅਸਨ ਅਚੋਗੀ ਕਹਿੰਦੇ ਆਸਨ ਦੇ ਉੱਤੇ ਵੀ ਤਾਂ ਬੈਠਾਂਗੀ ਜੇ ਮੇਰਾ ਪਤੀ ਗੁਰੂ ਅਰਜਨ ਦੇਵ ਜੀ ਆਉਣਗੇ। ਆ ਚੌਂਗੀ ਕਹਿੰਦੇ ਖਾਣਾ ਤਾਂ ਖਾਵਾਂਗੀ ਤੇ ਜਦ ਤੱਕ ਗੁਰੂ ਅਰਜਨ ਦੇਵ ਜੀ ਨਹੀਂ ਆਉਂਦੇ। ਕਰਤ ਉਡੀਕਨ ਬੈਠੀ ਏਵ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਉਡੀਕ ਕਰਦੀ ਮਾਤਾ ਥੱਕੀ ਭੁੱਖੀ ਪਿਆਸੀ ਬੈਠੀ ਰਹੀ ਗੋਡੇ ਦੇ ਉੱਤੇ ਮੁਖ ਰੱਖ ਕੇ ਆਪਣਾ ਸੋਨ ਸੋਨਾ ਸਾਧਨ ਅਨੰਦ ਮਨ ਠਾਨ ਹੈ। ਕਹਿੰਦੇ ਪਰ ਹਿਰਦੇ ਦੇ ਅੰਦਰ ਬਹੁਤ ਪ੍ਰਸੰਤਾ ਮਾਤਾ ਦੇ ਕਿਉਂਕਿ ਸਭ ਤੋਂ ਵੱਡਾ ਸੁੱਖ ਜੋ ਪ੍ਰਾਪਤ ਹੋਇਆ ਪੁੱਤਰ ਹੋਣ ਦਾ ਇਤਨੇ ਵਹਿ ਆਏ ਗੁਰਦੇਵ ਤੇ ਸੰਧਿਆ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੁਖਾਸਣ ਕਰਕੇ ਕੋਠਾ ਸਾਹਿਬ ਵਿਖੇ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਲ ਤੇ ਗੁਰੂ ਅਰਜਨ ਦੇਵ ਜੀ ਮਹਿਲਾ ਚਾਏ ਸਿੱਤ ਪ੍ਰਯੰਕ ਪਰ ਸਤਿਗੁਰ ਹੋਏ ਸਤਿਗੁਰ ਸੱਚੇ ਪਾਤਸ਼ਾਹ ਪ੍ਰਯੰਕ ਤੇ ਬੈਠ ਗਏ ਸਤਿਗੁਰ ਸੱਚੇ ਪਾਤਸ਼ਾਹ ਪਲੰਘੇ ਤੇ ਆ ਕੇ ਬੈਠੇ ਕੁਨ ਪ੍ਰਸੰਗ ਪੁੱਛੋ ਕਿਮਕੀਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪੁੱਛਿਆ ਗੰਗਾ ਸਾਹਿਬ ਜੀ ਕਿੱਦਾਂ ਗਏ ਸੀ ਪ੍ਰਸ਼ਾਦਾ ਲੈ ਕੇ ਸਾਰੀ ਗੱਲ ਦੱਸੋ ਪਨੀ ਬਾਰਤਾ ਸਰਬ ਛੋਰਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਾਰੀ ਗੱਲ ਦੱਸਣ ਦੇ ਲਈ ਸਤਕਾਰਯੋਗ ਮਾਤਾ ਗੰਗਾ ਜੀ ਫੁਰਮਾਨ ਕਰਦੇ ਨੇ ਪੁੱਤਰ ਖੜਗ ਧਾਰੀ ਬਰਦੀਨ ਆਹਾ ਹਾ ਹਾ ਧਨ ਧਨ ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਨਾਲ ਮਾਤਾ ਪ੍ਰੇਮ ਨਾਲ ਮੱਥਾ ਟੇਕਦੀ ਆ ਕਿ ਆਪ ਧਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਬਾ ਬੁੱਢਾ ਜੀ ਨੇ ਪਤਾ ਕੀ ਵਰ ਦਿੱਤਾ ਕਹਿੰਦੇ ਤੁਹਾਡੇ ਘਰ ਯੋਧਾ ਪੁੱਤਰ ਪ੍ਰਗਟ ਹੋਵੇਗਾ ਤੇ ਉਹਦਾ ਨਾਮ ਵੀ ਦਸਤਾਰ ਗੋਬਿੰਦ ਅਸਮਾਨ 'ਚ ਬਿਜਲੀਆਂ ਕੜਕਦੀਆਂ ਸੀਗੀਆਂ ਤੇ ਵਰ ਦਿੱਤਾ ਤੇਰੇ ਪੁੱਤਰ ਤੇਗਾ ਧਾਰਨ ਕਰੇਗਾ ਜਿੱਦਾਂ ਬਿਜਲੀਆਂ ਲਿਸ਼ਕਦੀਆਂ ਨੇ ਤੇ ਜਿਸ ਤਰ੍ਹਾਂ ਮੈਂ ਗੰਡੇ ਭੰਨ ਰਿਆਂ ਤੇਰਾ ਪੁੱਤਰ ਮੁਗਲਾਂ ਦੇ ਸਿਰ ਭੰਨੇਗਾ ਵਰ ਦਿੱਤਾ ਬੜਾ ਭਾਰੀ ਤੇ ਵ ਬਿ ਲੋਕ ਪ੍ਰਸੰਨ ਪੈ ਅਤ ਤੇ ਮਾਤਾ ਜਦੋਂ ਬਾਬਾ ਬੁੱਢਾ ਜੀ ਵਰ ਦੇ ਰਹੇ ਸੀਗੇ ਜਿੰਨੇ ਵੀ ਸੇਵਕ ਦਾਸੀਆਂ ਸਾਰੇ ਮਹਾਰਾਜ ਨਾਲ ਖੜੇ ਬੈਠੇ ਸੀ ਉਹ ਬਦਲਾਂ ਦੀ ਗੜਜਾਹਟ ਸੁਣ ਰਹੇ ਸੀ ਇੱਦਾਂ ਲੱਗ ਰਿਹਾ ਸੀ ਪ੍ਰਕਿਰਤੀ ਵੀ ਬਾਬਾ ਬੁੱਢਾ ਜੀ ਨੂੰ ਪ੍ਰੇਰਿਤ ਕਰ ਰਹੀ ਹੈ ਜਿਹੜੀ ਨੇਚਰ ਹੈ ਉਹ ਬਾਬਾ ਬੁੱਢਾ ਜੀ ਨੂੰ ਪ੍ਰੇਰਿਤ ਕਰ ਰਹੀ ਹੈ ਵੀ ਮੁੱਖੋਂ ਬਚਨ ਉਚਾਰੋ ਨਾ ਹੁਣ ਪ੍ਰਕਿਰਤੀ ਕਹਿੰਦੀ ਵੀ ਅਸੀਂ ਬੋਲ ਕੇ ਨਹੀਂ ਦੱਸ ਰਹੇ ਅਸੀਂ ਗਰਜ ਕੇ ਦੱਸ ਰਹੇ ਹਾਂ ਹਵਾ ਵੀ ਤੇਜ਼ ਪ੍ਰਵਾਹ ਨਾਲ ਚੱਲਣ ਲੱਗ ਪਈ ਧਰਤੀ 'ਚ ਸੁਗੰਧ ਆਣ ਲੱਗ ਪਈ ਪੂਰੀ ਪ੍ਰਕਿਰਤੀ 'ਚ ਖੁਸ਼ਬੂ ਆਉਂਦੀ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਵਾਰ ਸੁਣ ਕੇ ਦਾਸੀ ਦਾਸ ਤੇ ਦਾਸੀਆਂ ਤੇ ਮਾਤਾ ਗੰਗਾ ਕਹਿੰਦੀ ਮੈਂ ਵੀ ਬਹੁਤ ਪ੍ਰਸੰਨ ਹੋਈ ਸੱਚੇ ਪਾਤਸ਼ਾ ਅਧਿਕ ਅਧਿਕ ਹੈ ਬਾਕ ਪਰਬੀਨ ਕਹਿੰਦੇ ਬਾਬਾ ਬੁੱਢਾ ਜੀ ਦਾ ਇੱਕ ਇੱਕ ਬਚਨ ਮੇਰੇ ਕੰਨਾਂ ਦੇ ਅੰਦਰ ਅੰਮ੍ਰਿਤ ਦੇ ਕੁੱਟਾਂ ਵਰਗਾ ਸੀਗਾ ਜਿਸ ਤਰ੍ਹਾਂ ਕੋਈ ਪਿਆਸੇ ਵਿਅਕਤੀ ਨੂੰ ਜਲ ਮਿਲ ਜਵੇ ਤੇ ਉਹ ਕਿੰਨਾ ਖੁਸ਼ ਹੋ ਜਾਂਦਾ ਹੈ ਜਲ ਤੋਂ ਬਾਅਦ ਠੰਡਾ ਜਲ ਮਿਲ ਜਾਏ ਤੇ ਉਹ ਹੋਰ ਖੁਸ਼ ਹੋ ਜਾਂਦਾ ਠੰਡੇ ਜਲ ਤੋਂ ਵੀ ਵੱਧ ਜੇ ਉਹਨੂੰ ਅੰਮ੍ਰਿਤ ਮਿਲ ਜਾਏ ਜਿਸ ਨਾਲ ਉਸਨੇ ਕਦੀ ਮ੍ਰਿਤਿਉ ਨਹੀਂ ਹੋਣੀ ਉਹ ਕਿੰਨਾ ਹੀ ਪ੍ਰਸੰਨ ਹੋ ਜਾਂਦਾ ਤੇ ਕਹਿੰਦੀ ਮਾਤਾ ਗੰਗਾ ਜੀ ਕਹਿੰਦੀ ਵੀ ਮੈਂ ਤਾਂ ਪੁੱਤਰ ਲੈਣ ਗਈ ਸੀ। ਉਹਨਾਂ ਨੇ ਗੁਰਤਾ ਗੱਦੀ ਦਾ ਵਾਰ ਵੀ ਦਿੱਤਾ। ਉਸ ਤੋਂ ਬਾਅਦ ਤੀਸਰਾ ਬਚਨ ਵੀ ਕਿਹਾ ਵੀ ਤੇਰਾ ਪੁੱਤਰ ਦੇ ਸਮਾਨ ਸੰਸਾਰ ਤੇ ਕੋਈ ਯੋਧਾ ਨਹੀਂ ਹੋਵੇਗਾ। ਹੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਤੀ ਗੁਰਦੇਵ ਜੀ ਮੈਂ ਤੇ ਤੁਹਾਨੂੰ ਹੋ ਗਈ ਬਾਬੇ ਬੁੱਢੇ ਦੇ ਬਚਨ ਸੁਣ ਕੇ। ਪੀਰੀ ਮੀਰੀ ਵਰਤੈ ਦੋਨੋ ਕਹਿੰਦੇ ਗੁਰੂ ਘਰ ਦੇ ਅੰਦਰ ਭਗਤੀ ਤੇ ਸ਼ਕਤੀ ਦਾ ਸੁਮੇਰ ਬਾਬੇ ਬੁੱਢੇ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ ਮੀਰੀ ਤੇ ਪੀਰੀ ਦੀਆਂ ਕਿਰਪਾ ਨਾਲ ਤਾਰਨ ਕਰਨਗੇ ਬਚਨ ਕੀਤੇ ਨੇ ਢੀਲ ਬਲੰਦ ਸਵਲ ਹੋਏ ਪੀਨ ਕਹਿੰਦੇ ਬਾ ਹਾਤੀ ਦੇ ਸੁੰਡਾਂ ਵਰਗੀਆਂ ਬਾਹਾਂ ਸਡੋਲ ਛਾਤੀ ਚੀਤੇ ਵਰਗੀ ਫੁਰਤੀ ਤੇਰੇ ਪੁੱਤਰ ਜੋਵੇਗੀ ਕਿਰਪਾ ਆਪ ਕੀ ਤੇ ਵਰ ਪਾਇਸ ਏ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਬਚਨ ਹੋਏ ਸੀਗੇ ਤੁਸੀਂ ਕਿਹਾ ਸੀ ਜਾਣ ਦੀ ਵਿਧੀ ਦੱਸੀ ਸੀ ਮੈਥਡ ਦੱਸਿਆ ਸੀ ਪ੍ਰੋਸੀਜਰ ਦੱਸਿਆ ਸੀ ਜਾਣ ਦਾ ਤੁਹਾਡੀ ਕਿਰਪਾ ਦੇ ਨਾਲ ਮਹਾਰਾਜ ਮੈਂ ਗਈਆਂ ਤੇ ਵਰ ਮਿਲਿਆ ਬਾਬਾ ਬੁੱਢਾ ਜੀ ਨੇ ਤੁਹਾਨੂੰ ਸਰਾਇਆ ਵੀ ਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਉਹ ਵਰ ਦੇ ਰਹੇ ਨੇ ਓਚਕ ਭੈ ਸ਼ਗੁਣ ਸ਼ੁਭ ਆਏ ਹੇ ਸੱਚੇ ਪਾਤਸ਼ਾਹ ਔਚਕ ਪਏ ਕਹਿੰਦੇ ਜਿਹੜੇ ਸ਼ੁਭ ਸਗਨ ਹੋਣ ਲੱਗ ਪਏ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਬਚਨ ਹੋਇਆ ਨਾ ਵੀ ਜਨਮ ਹੋਣਾ ਤੇ ਔਚਕ ਪਏ ਸਾਰੇ ਇੱਕ ਵਾਰੀ ਸ੍ਰਿਸ਼ਟੀ ਦੇ ਅੰਦਰ ਅਚੰਭਾ ਫੈਲ ਗਿਆ ਗਰਜਿਓ ਕੰਨ ਅਰ ਚਮਕੀ ਤੜਕਾ ਹੇ ਸੱਚੇ ਪਾਤਸ਼ਾਹ ਬੱਦਲ ਗਰਜ ਪਏ ਬਿਜਲੀਆਂ ਚਮਕ ਪਈਆਂ ਤੁਹਾਡੇ ਪੁੱਤਰ ਦੇ ਆਵਾਹਨ ਦੀ ਖੁਸ਼ੀ ਦੇ ਅੰਦਰ ਵਰਦ ਦੀ ਖੁਸ਼ੀ ਦੇ ਅੰਦਰ ਤਿੰਨ ਕੋ ਦੇਖ ਬ੍ਰਿਧ ਹਰ ਖਾਏ ਐਸੀ ਗੱਲ ਸੁਣ ਕੇ ਜਦੋਂ ਬਾਬਾ ਬੁੱਢਾ ਜੀ ਨੇ ਆਸਮਾਨ ਵੱਲ ਦੇਖਿਆ ਬਾਬਾ ਬੁੱਢਾ ਜੀ ਬਹੁਤ ਪ੍ਰਸੰਨ ਹੋਏ ਬੈਠਾ ਤਖਤ ਮਹਿਦ ਹੋਏ ਜੋਧ ਕਹਿੰਦੇ ਤਖਤ ਦੇ ਉੱਤੇ ਬੈਠੇਗਾ ਮਾਤਾ ਤੇਰਾ ਪੁੱਤਰ ਵੱਡ ਜੋਦਾ ਬਹੁਤ ਪਰਉਪਕਾਰੀ ਹੋਵੇਗਾ ਰਣ ਪ੍ਰਿਯ ਹਨੈ ਰਪੁਨ ਸਮਦਾਏ ਕਹਿੰਦੇ ਰਣ ਨੂੰ ਬਹੁਤ ਪਿਆਰ ਕਰੇਗਾ ਜੰਗ ਦਾ ਨੁਪੁਣ ਹੋਵੇਗਾ ਰਣ ਪ੍ਰਿਯ ਹੋਵੇਗਾ ਹਨੈ ਰਪੁਨ ਸਮੁਦਾਏ ਰਪੁਨ ਦਾ ਅਰਥ ਹੁੰਦਾ ਵੈਰੀ ਸ਼ਤਰੂ ਦੁਸ਼ਮਨ ਐਨਮੀ ਕਹਿੰਦੇ ਹਨੈ ਮਤਲਬ ਮਾਰੇਗਾ ਮਾਰ ਦੇਵੇਗਾ ਦੁਸ਼ਮਨਾ ਨੂੰ ਗੁਣ ਵਿਸਾਰ ਨਿਜ ਬੰਸ ਬ੍ਰਧਾਵੈ ਕਹਿੰਦੇ ਗੁਣਾ ਦਾ ਤਾਂ ਖਜ਼ਾਨਾ ਹੀ ਹੈ ਜੇ ਕਿਸੇ ਨੇ ਪ੍ਰਕਿਰਤੀ ਦੀ ਸਾਰੀ ਸੁੰਦਰਤਾ ਦੇਖਣੀ ਹੋਵੇ ਉਹ ਗੁਰੂ ਅਰਗੁਬਿੰਦ ਸਾਹਿਬ ਦੇ ਦਰਸ਼ਨ ਕਰ ਲਵੇ ਜੇ ਸੰਸਾਰ ਦੇ ਸਾਰੇ ਸੂਰਮਿਆਂ ਦਾ ਬਲ ਇਕੱਠਾ ਦੇਖਣਾ ਹੋਵੇ ਉਹ ਗੁਰੂ ਅਰਗੁਬਿੰਦ ਸਾਹਿਬ ਮਹਾਰਾਜ ਦੇ ਡੌਲਿਆਂ ਨੂੰ ਦੇਖ ਲਵੇ ਜੇ ਕਿਸੇ ਨੇ ਸਾਰੇ ਸੰਸਾਰ ਦੀ ਕਰਾਮਾਤ ਦੇਖਣੀ ਹੋਵੇ ਤੇ ਉਹ ਗੁਰੂ ਅਰਗੁਬਿੰਦ ਸਾਹਿਬ ਦੇ ਮੁਖੜੇ ਦੇ ਦਰਸ਼ਨ ਕਰ ਲਵੇ ਜੇ ਕੋਈ ਅਧਿਆਤਮਿਕ ਦੇ ਅੰਦਰ ਭਗਤੀ ਦਾ ਕੇਂਦਰ ਗੁਰ ਸਿਮਰਨ ਚਲਾਣਾ ਚਾਹੁੰਦਾ ਹੋਵੇ ਹਿਰਦੇ 'ਚ ਉਹ ਗੁਰੂ ਅਰਗੁਬਿੰਦ ਸਾਹਿਬ ਦੇ ਦਰਸ਼ਨ ਕਰ ਲਵੇ ਗੁਰ ਕਰਮਹਿ ਅਸੁਤ ਉਪਜਾਏ ਕਹਿੰਦੇ ਗੁਰੂ ਕਰਮਹਿ ਹਾਂਜੀ ਦੁਬਾਰਾ ਪੜੋ ਗੁਰ ਕਰਮਹਿ ਅਸੁਤ ਉਪਜਾਏ ਘਰ ਘਰ ਪਾਠ ਕਰੋ ਸ਼ੁੱਧ ਕਰਕੇ ਕਰ ਲੱਗ ਰਿਆ ਸੀ ਗੁਰ ਕਰਮਹਿ ਅਸੁਤ ਉਪਜਾਏ ਕਹਿੰਦੇ ਗੁਰ ਘਰ ਦੇ ਅੰਦਰ ਐਸਾ ਪੁੱਤਰ ਪੈਦਾ ਹੋਵੇਗਾ ਸੁਨਤ ਪ੍ਰਸੰਨ ਭਾਏ ਗੁਰ ਅਰਜਨ ਗੁਰੂ ਅਰਜਨ ਦੇ ਮਹਾਰਾਜ ਬਹੁਤ ਪ੍ਰਸੰਨ ਹੋਏ ਕਿਉਂਕਿ ਗੁਰੂ ਅਰਜਨ ਦੇ ਮਹਾਰਾਜ ਜਾਣੀ ਜਾਣ ਸੀਗੇ ਮਾਤਾ ਗੰਗਾ ਦੀ ਸੇਵਾ ਤੋਂ ਵੀ ਖੁਸ਼ ਹੋਏ ਪਹਿਲੀ ਗੱਲ ਦੂਸਰੀ ਗੱਲ ਬਾਬੇ ਬੁੱਢੇ ਨੇ ਵਾਰ ਦਿੱਤਾ ਉਸ ਗੱਲ ਤੋਂ ਵੀ ਖੁਸ਼ ਹੋਏ ਤੇ ਗੁਰੂ ਨਾਨਕ ਦੀ ਗੱਦੀ ਦੇ ਅਗਲੇ ਵਾਰਿਸ ਆ ਰਹੇ ਨੇ ਉਸ ਗੱਲ ਤੋਂ ਵੀ ਖੁਸ਼ ਹੋਏ ਮਹਿਮਾ ਸੰਤਨ ਕਰਹਿ ਉਚਾਰ ਸੰਤਾਂ ਦੀ ਮਹਿਮਾ ਕਹੀ ਧੰਨ ਬਾਬਾ ਬੁੱਢਾ ਜੀ ਧੰਨ ਬਾਬਾ ਬੁੱਢਾ ਜੀ ਧੰਨ ਬਾਬਾ ਬੁੱਢਾ ਜੀ ਤੁਹਾਡੇ ਵਰਗੇ ਸੰਤਾਂ ਦੀ ਸ਼ਰਣ ਦੇ ਅੰਦਰ ਜੋ ਆਏ ਸੰਤ ਸਰਨ ਜੋ ਜਨ ਪਰੇ ਸੋ ਜਨ ਉਧਰ ਨਾਰ ਅਸੀਂ ਤੁਹਾਡੀ ਸ਼ਰਨ ਪਏ ਆ ਬਾਬਾ ਬੁੱਢਾ ਜੀ ਅਸੀਂ ਉਧਰ ਗਏ ਆ ਤੁਹਾਡੀ ਵਡਿਆਈ ਮਹਾਨ 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 ਹੈ ਬਾਬਾ ਬੁੱਢਾ ਜੀ ਸੁਸ਼ਕ ਸਥਲ ਜਲ ਪਲਮਹ ਧੂਰੈ ਪੂਰੈ ਹਾਂਜੀ ਦੁਬਾਰਾ ਪੜੋ ਸੁਸ਼ਕ ਸਥਲ ਜਲ ਪਲਮਹ ਪੂਰੈ ਹਾਂਜੀ ਇਹਦਾ ਵੀ ਸ਼ਰਾਮ ਇਹਦਾ ਲਾਣਾ ਹੈ ਸੁਸ਼ਕ ਸਥਲ ਜਲ ਪਲਮਹ ਪੂਰੈ ਸ਼ੁਸ਼ਕ ਕਹਿੰਦੇ ਨੇ ਖਾਲੀ ਨੂੰ ਸਥਲ ਕਹਿੰਦੇ ਨੇ ਸਥਾਨ ਨੂੰ ਜਲ ਕਹਿੰਦੇ ਨੇ ਜਿੱਥੇ ਖਾਲੀ ਸਥਾਨ ਹੋਵੇ ਨਾ ਉੱਥੇ ਜਲ ਜਿਹੜੀ ਭਰਨ ਦੀ ਸਮਰੱਥਾ ਹੁੰਦੀ ਹੈ ਨਾ ਉਹ ਸੰਤਾਂ ਦੀ ਹੁੰਦੀ ਹੈ ਜਿਸ ਤਰ੍ਹਾਂ ਖਾਲੀ ਸਥਾਨ ਦੇ ਉੱਤੇ ਕੋਈ ਜਲ ਨਾਲ ਲਪਾ-ਲਪ ਭਰਿਆ ਸਥਾਨ ਮਿਲ ਜਾਵੇ ਪੂਰਨ ਸੁਸ਼ਕ ਕਰਹਿ ਇਕਬਾਰ ਕਹਿੰਦੇ ਸਾਰੀ ਖਾਲੀ ਸਥਾਨ ਜਲ ਦੇ ਨਾਲ ਭਰਿਆ ਜਾਵੇ ਰੰਗ ਕ ਰਾਵਤੇ ਰਾਵ ਰੰਗਤੇ ਤੇ ਉਨੀ ਖੁਸ਼ੀ ਹੁੰਦੀ ਹੈ ਜਿਸ ਤਰ੍ਹਾਂ ਸੰਤਾਂ ਨੇ ਜੋ ਬਚਨ ਗੀਤ ਨੇ ਨਾ ਮਾਤਾ ਗੰਗਾ ਨੂੰ ਉਨੀ ਖੁਸ਼ੀ ਹੋ ਰਹੀ ਆ ਕਹਿੰਦੇ ਰੰਗ ਕ ਰਾਵਤੇ ਰੰਗ ਕਹਿੰਦੇ ਨੇ ਗਰੀਬ ਨੂੰ ਰਾਵ ਕਹਿੰਦੇ ਨੇ ਰਾਜੇ ਨੂੰ ਕਹਿੰਦੇ ਸੰਤ ਕਿਸ ਤਰ੍ਹਾਂ ਦੇ ਹੁੰਦੇ ਨੇ ਰੰਕਾਂ ਨੂੰ ਰਾਵ ਬਣਾਉਣ ਵਾਲੇ ਗਰੀਬਾਂ ਨੂੰ ਅਮੀਰ ਕਰਨ ਵਾਲੇ ਤੇ ਰਾਵ ਨੂੰ ਰੰਗ ਕਰਨ ਵਾਲੇ ਅਮੀਰਾਂ ਨੂੰ ਔਰੰਗਜ਼ੇਬ ਵਰਗਿਆਂ ਨੂੰ ਮਿੱਟੀ ਜਮਲਾਉਣ ਵਾਲੇ ਕਲਗੀਧਰ ਪਾਤਸ਼ਾਹ ਐਸੇ ਹੁੰਦੇ ਨੇ ਗੁਰੂ ਤੇ ਸੰਤ ਪੀਰ ਤੇ ਗਰੀਬਾਂ ਨੂੰ ਅਮੀਰ ਕਿਸ ਤਰ੍ਹਾਂ ਕਰਦੇ ਨੇ ਜਿਵੇਂ ਗੁਰੂ ਅਰਜਨ ਸਿੰਘ ਸਾਹਿਬ ਮਹਾਰਾਜ ਨੇ ਛੱਜੂ ਚੀਵਰ ਦੇ ਸਿਰ ਤੇ ਲੱਠੀ ਰੱਖੀ ਤੇ ਉਹਨੂੰ ਗੀਤਾ ਦੇ ਅਰਥ ਕਰਾ ਕੇ ਤ੍ਰਿਲੋਕ ਦੀ ਸੋਝੀ ਦਿੱਤੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਫੂਲਕਿਆਂ ਨੂੰ ਜਦੋਂ ਉਹਨਾਂ ਨੇ ਢਿੱਡ ਖੜਕਾਏ ਕਹੇ ਅਸੀਂ ਬਹੁਤ ਗਰੀਬ ਆਂ ਗੁਰੂ ਹਰ Rai ਸਾਹਿਬ ਨੇ ਵਾਰ ਦਿੱਤਾ ਤੁਹਾਡੇ कूड़े ਜਮਨਾ ਦੇ ਅੰਦਰ ਪਾਣੀ ਪੀਆ ਕਰਨਗੇ ਤੇ ਗਰੀਬਾਂ ਨੂੰ ਅਮੀਰ ਕਰਨ ਵਾਲੇ ਅਮੀਰਾਂ ਨੂੰ ਗਰੀਬ ਕਰਨ ਵਾਲੇ ਸੰਤ ਜਨ ਗੁਰੂ ਪੀਰ ਹੁੰਦੇ ਨੇ ਮ੍ਰਿਤ ਜਿਵਾਏ ਜੀਵਤ ਦੇ ਮਾਰ ਆਹਾਹਾਹਾਹਾ ਸਾਧੂ ਕੈਸੇ ਨੇ ਮਹਿਮਾ ਸਾਧੂ ਸੰਗ ਕੀ ਸੁਣ ਹੋ ਮੇਰੇ ਮੀਤਾ ਕਹਿੰਦੇ ਉਹ ਜੀਂਦਿਆਂ ਨੂੰ ਮਾਰ ਸਕਦੇ ਨੇ ਮਰਿਆਂ ਨੂੰ ਜਿੰਦਿਆਂ ਕਰ ਸਕਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਜਨੂ ਕੇ ਟਿੱਲੇ ਦਿੱਲੀ ਵਿਖੇ ਹਾਤੀ ਜਿੰਦਾ ਕਰਤਾ ਮਰਿਆ ਹਾਤੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਨਾਨਕ ਮੱਤੇ ਦੀ ਧਰਤੀ ਤੇ ਪਹੁੰਚੇ ਸੀ ਸਿੱਧਾ ਨੇ ਆਪਣਾ ਬੱਚਾ ਲੁਕਾ ਦਿੱਤਾ ਸੀ ਬੋਲਦਾ ਸੀ ਬੋਲ ਧਰਤੀ ਸਿੱਧਾਂ ਦੀ ਕਿ ਮਹਾਰਾਜ ਇੱਕ ਵਾਰੀ ਤਾਂ ਬੋਲ ਪਿਆ ਮਹਾਰਾਜ ਨੇ ਨਿਗਾਹ ਭਰ ਕੇ ਦੇਖਿਆ ਵੀ ਸਿੱਧਾ ਨੇ ਥੱਲੇ ਜਵਾਕ ਲਕਾਇਆ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਗੁਰੂ ਨਾਨਕ ਸਾਹਿਬ ਨੇ ਤੂੰ ਅਜੇ ਤੱਕ ਬੋਲਦਾ ਓਸੀ ਟਾਈਮ ਬੱਚਾ ਮਰ ਗਿਆ ਸਿੱਧ ਦੇਖ ਕੇ ਹੈਰਾਨ ਹੋ ਗਏ ਵੀ ਹੁਣ ਪੁੱਛਦਿਆਂ ਧਰਤੀ ਕੀ ਦੀ ਆ ਬੱਚਾ ਬੋਲਿਆ ਨਹੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਕਰਾਮਾਤ ਦੇਖ ਕੇ 당ਗ ਰਹਿ ਕੇ ਕਿਹਾ ਵੀ ਸਾਡਾ ਤਾਂ ਬਾਲਕ ਮਰ ਗਿਆ ਮਾਫੀ ਮੰਗੀ ਸਿੱਧਾ ਨੇ ਮਹਾਰਾਜ ਨੂੰ ਕਹਿੰਦੇ ਮਹਾਰਾਜ ਇਹਨੂੰ ਤਾਂ ਜਿੰਦਾ ਕਰ ਦਿਓ ਮਹਾਰਾਜ ਨੇ ਖਿੰਦੇ ਅੰਦਰ ਹੀ ਜਿੰਦਾ ਕਰਤਾ ਖਿੰਦੇ ਅੰਦਰ ਹੀ ਜਿੰਦਾ ਕਰਨ ਵਾਲੇ ਖਿੰਦੇ ਅੰਦਰ ਹੀ ਮਾਰਨ ਵਾਲੇ ਸੱਚੇ ਪਾਤਸ਼ਾਹ ਗੁਰੂ ਕੇ ਸੰਤ ਜਨ ਨੇ ਸੱਚੇ ਪਾਤਸ਼ਾਹ ਮਹਾਰਾਜ ਸਤਗੁਰੂ ਆਪ ਨੇ ਅਚਲ ਚਲਾਵਹਿ ਚਲਤਿ ਥਿਰਾਵਹਿ ਕਹਿੰਦੇ ਚੱਲਦੇ ਹੋਏ ਨੂੰ ਰੋਕ ਸਕਦੇ ਨੇ ਤੇ ਰੁਕੇ ਹੋਏ ਨੂੰ ਸੁਮੇਰ ਪर्वਤ ਨੂੰ ਚਲਾ ਸਕਦੇ ਐਸੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਣੀ ਪੜ੍ਹ ਕੇ ਤਿਆਰ ਕੀਤੇ ਹੋਏ ਸੰਤ ਨੇ ਉਹ ਸੰਤਾਂ ਦੀ ਮਹਿਮਾ ਵੀ ਆਗਾਦ ਬੋਧ ਹੈ ਉਹ ਜਿਨ੍ਹਾਂ ਨੇ ਉਹ ਬਾਣੀ ਉਚਾਰੀ ਹੈ ਉਹ ਸੰਤ ਬਣਾਏ ਨੇ ਉਹ ਵੀ ਆਗਾਦ ਬੋਧ ਨੇ ਬਾਕ ਅਮਟ ਹੈ ਪ੍ਰਗਟ ਸੰਸਾਰ ਤਾਂ ਨੇ ਬਾਬਾ ਬੁੱਢਾ ਜੀ ਜਿਨ੍ਹਾਂ ਦੇ ਬਾਕ ਸੰਸਾਰ ਤੋਂ ਅਮਟ ਨੇ ਬਾਕ ਅਮਟ ਹੈ ਅੱਗੇ ਕੀ ਹੈ ਜੀ ਪ੍ਰਗਟ ਸੰਸਾਰ ਸਾਰਾ ਸੰਸਾਰ ਹੈ ਜਾਣਦਾ ਹੈ ਕਿ ਉਹ ਸੰਤ ਜਨਾਂ ਦੇ ਜਿਹੜੇ ਬਾਕ ਨੇ ਉਹ ਅਮਿਟ ਨੇ ਉਹ ਮਿੱਟੇ ਨਹੀਂ ਜਾ ਸਕਦੇ ਹਾਂਜੀ ਅੰਤ ਸੰਤ ਕੋ ਕੋਏ ਨਾ ਪਾਵੇਹ ਤੇ ਸੰਤਾਂ ਦਾ ਅੰਤ ਕੌਣ ਲੈ ਸਕਦਾ ਤੰਨ ਨੇ ਉਹ ਮਹਾਨ ਸੰਤ ਤੇ ਪਾਰਸਿ ਚ ਤੇ ਸੰਤਾਂ ਇਚ ਇੱਕ ਵੱਡੋ ਅੰਤਰੋ ਜਾਨ ਜਿਹੜਾ ਪਾਰਸ ਹੁੰਦਾ ਨਾ ਉਹ ਪਾਰਸ ਜੇ ਕਿਸੇ ਚੀਜ਼ ਨੂੰ ਛੂ ਲਵੇ ਉਹਨੂੰ ਸੋਨਾ ਕਰ ਦਿੰਦਾ ਪਰ ਪਾਰਸ ਜੇ ਕਿਸੇ ਚੀਜ਼ ਨੂੰ ਛੂ ਲਵੇ ਸੋਨਾ ਤਾਂ ਬਣਾ ਸਕਦਾ ਪਰ ਉਹਨੂੰ ਪਾਰਸ ਨਹੀਂ ਬਣਾ ਸਕਦਾ ਪਰ ਗੁਰੂ ਕੇ ਸੰਤ ਜਨ ਕੈਸੇ ਨੇ ਗੁਰੂ ਕੇ ਸੰਤ ਜਨ ਜਿਸ ਨੂੰ ਛੂ ਲੈਣ ਉਹਨੂੰ ਸ਼ਾਂਤੀ ਬਣਾ ਦਿੰਦੇ ਨੇ ਵਾਹ ਪਾਰਸ ਮੇਂ ਔਰ ਸੰਤ ਮੇਂ ਬੜੋ ਅੰਤਰੋ ਜਾਨ ਕਹਿੰਦੇ ਜਿਹੜਾ ਪਾਰਸ ਹੈ ਉਹ ਤਾਂ ਕੰਚਨ ਕਰ ਦਿੰਦਾ ਪਰ ਜਿਹੜੇ ਸੰਤ ਜਨ ਨੇ ਉਹ ਆਪਣੇ ਵਰਗੇ ਹੀ ਬਣਾ ਦਿੰਦੇ ਨੇ ਸੰਤ ਜਨ ਜਿਸ ਤਰ੍ਹਾਂ ਸੰਤ ਗੁਰੂ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਵੱਡੇ ਮਹਾਪੁਰਖ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਆਪਣੀ ਬੜੀ ਸਾਰੀ ਵਿੱਦਿਆ ਦੀ ਗੁਰਮਤ ਦਾਤ ਉਸ ਤਰ੍ਹਾਂ ਹੀ ਦੇ ਦਿੱਤੀ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਮਹਾਪੁਰਖਾਂ ਨੇ ਆਪਣੀ ਸਾਰੀ ਵਿੱਦਿਆ ਦੀ ਦਾਤ ਸੰਤ ਮਨਜੀਤ ਸਿੰਘ ਜੀ ਹਰਖੋਵਾਲ ਵਾਲਿਆਂ ਨੂੰ ਦਿੱਤੀ ਸੰਜਗਜੀਤ ਸਿੰਘ ਜੀ ਹਰਖੋਵਾਲ ਵਾਲਿਆਂ ਨੂੰ ਦਿੱਤੀ ਜਿਹੜੇ ਸੰਤ ਜਨ ਹੁੰਦੇ ਨੇ ਉਹ ਇੰਨੇ ਕਿਰਪਾਲੂ ਹੋ ਜਾਂਦੇ ਨੇ ਆਪਣੀ ਵਿੱਦਿਆ ਦਾ ਭੰਡਾਰ ਹਿਰਦੇ ਚੋਂ ਕੱਢ ਕੇ ਆਪਣੇ ਸਿੱਖਾਂ ਸੇਵਕਾਂ ਨੂੰ ਦੇ ਦਿੰਦੇ ਨੇ ਸੁਰਨਰ ਅਸੁਰ ਜਾਤ ਸਭ ਹਾਰ ਕਹਿੰਦੇ ਉਹਨਾਂ ਸੰਤਾਂ ਮਹਾਤਮਾ ਦੇ ਅੱਗੇ ਕੋਈ ਤਾਕਤ ਨਹੀਂ ਚੱਲਦੀ ਨਾ ਦੇਵਤਿਆਂ ਦੀ ਨਾ ਦੇਨਤਾਂ ਦੀ ਤੇ ਉਹ ਸੰਤ ਜਿਹੜੇ ਨੇ ਉਹ ਆਪ ਹੀ ਪਰਮੇਸ਼ਵਰ ਦਾ ਰੂਪ ਨੇ ਧਰਤੀ ਤੇ ਕਹਿੰਦੇ ਉਹ ਸਾਰੀ ਰਿੱਧੀ ਸਿੱਧੀ ਦੇ ਮਾਲਕ ਨੇ ਉਸਾਰੀ ਧਰਤੀ ਬ੍ਰਹਿਮੰਡ ਦੇ ਖਜ਼ਾਨੇ ਦੀ ਕੁੰਜੀ ਉਹਨਾਂ ਕੋਲ ਹੈ ਇਹ ਪੂਰਾ ਪ੍ਰਸੰਗ ਪੰਡਤ ਹਰਦੇਵਾਲ ਜੀ ਨੇ ਸੰਤਾਂ ਦੀ ਮਹਿਮਾ ਦੇ ਅੰਦਰ ਸਾਰ ਕਿਤਾਬ ਲਈ ਬਹੁਤ ਸੁੰਦਰ ਲਿਖਿਆ ਹੋਇਆ ਕਦੀ ਸਮਾਂ ਬਣਿਆ ਤੇ ਉਹ ਵਿਚਾਰ ਕਰਾਂਗੇ ਸੰਤ ਹੁਕਮ ਕੋ ਫੇਰ ਨਾ ਸਕਹਿ ਕਹਿੰਦੇ ਜਿਹੜੇ ਸੰਤ ਜਾਣੇ ਹੁਕਮ ਨੂੰ ਨਹੀਂ ਫੇਰਦੇ ਜੋ ਪਰਮੇਸ਼ਵਰ ਦਾ ਹੁਕਮ ਹੈ ਉਦਾਂ ਹੀ ਕਰਦੇ ਨੇ ਔਰ ਰੇਖ ਜਮੇਖ ਨਹੀਂ ਮਾਰਦੇ ਸੱਗਰੇ ਸਾਦਰ ਲੈ ਸਿਰ ਧਾਰ ਜੋ ਵੀ ਹੁਕਮ ਹੋਵੇ ਉਹ ਸਿਰ ਤੇ ਧਾਰ ਲੈਂਦੇ ਨੇ ਜਿਸ ਤਰ੍ਹਾਂ ਭਾਈ ਪਖਾਰੀ ਜੀ ਨੂੰ ਪਤਾ ਲੱਗ ਗਿਆ ਕੱਲ ਮੇਰਾ ਪੁੱਤਰ ਚੜਾਈ ਕਰ ਜਾਣਾ ਉਹਦਾ ਵਿਆਹ ਉਲੀਕਿਆ ਹੋਇਆ ਸੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀਗਾ ਪਰ ਉਸ ਰੇਖ ਦੇ ਅੰਦਰ ਮੇਕ ਨਹੀਂ ਮਾਰੀ ਆਪਣੇ ਪੁੱਤਰ ਦਾ ਵਿਆਹ ਕੀਤਾ ਤੇ ਅਗਲੇ ਦਿਨ ਉਹ ਚੜਾਈ ਕਰ ਗਿਆ ਤੇ ਕੋਲ ਇੱਕ ਸਿੱਖ ਬੈਠਾ ਸੀ ਉਹਨੇ ਕਿਹਾ ਵੀ ਤੁਸੀਂ ਉਹ ਸ਼ਤਰੰਜੀ ਸੀ ਰੇ ਸੀ ਕਾਰਪਟ ਕਹਿ ਲੋ ਜਾਂ ਚਟਾਈ ਕਹਿ ਲੋ ਉਹ ਸੀਰੇ ਸੀ ਇੱਕ ਦਿਨ ਪਹਿਲਾਂ ਉਹਨਾਂ ਨੇ ਕਿਹਾ ਤੁਸੀਂ ਉਹ ਲੜਕੀ ਦਾ ਜੀਵਨ ਕਿਉਂ ਖਰਾਬ ਕਰਤਾ ਜੇ ਤੁਹਾਨੂੰ ਪਤਾ ਸੀ ਤੁਸੀਂ ਇਹ ਚਟਾਈ ਵਿਛਾਣੀ ਹੈ ਜਦੋਂ ਸਾਰੇ ਰਿਸ਼ਤੇਦਾਰ ਸੰਸਕਾਰ ਕਰਕੇ ਵਾਪਸ ਆਉਣਗੇ ਭਾਈ ਪਖਾਰੀ ਜੀ ਤੁਸੀਂ ਲੜਕੀ ਦੀ ਜ਼ਿੰਦਗੀ ਕਿਉਂ ਖਰਾਬ ਕੀਤੀ ਉਹਨਾਂ ਨੇ ਕਿਹਾ ਵੀ ਪਰਮੇਸ਼ਰ ਦਾ ਹੁਕਮ ਸੀ ਵੀ ਵਿਆਹ ਹੋਣਾ ਸੀ ਉਸ ਤੋਂ ਅਗਲੇ ਦਿਨ ਚੜਾਈ ਕਰਨਾ ਸੀ ਕਹਿੰਦੇ ਪਰ ਤੁਹਾਡਾ ਪੁੱਤਰ ਸੀ ਜੇ ਤੁਹਾਨੂੰ ਇਹ ਪਤਾ ਸੀ ਵੀ ਉਹ ਚੜਾਈ ਕਰਨਾ ਤੇ ਤੁਸੀਂ ਬਚਾ ਵੀ ਸਕਦੇ ਸੀਗੇ ਕਹਿੰਦੇ ਨਹੀਂ ਅਸੀਂ ਬਚਾ ਨਹੀਂ ਸਕਦੇ ਸੀ ਕਿਉਂਕਿ ਪਿਛਲੇ ਜਨਮ ਦੇ ਅੰਦਰ ਅਸੀਂ ਜਦੋਂ ਨਦੀ ਪਾਰ ਕਰ ਰਹੇ ਸੀ ਮੈਂ ਇੱਕ ਸਾਧੂ ਸੀ ਤੇ ਐ ਮੇਰਾ ਚੇਲਾ ਸੀ ਅਸੀਂ ਨਦੀ ਪਾਰ ਕਰਦੇ ਹੋਏ ਇੱਕ ਵੇਸ਼ਵਾ ਨਾ ਰਹੀ ਸੀ ਉਸ ਵੇਸ਼ਵਾ ਨੇ ਮਨ ਦੇ ਅੰਦਰ ਫੁਰਨਾ ਆਇਆ ਕਿ ਮੈਂ ਉਸ ਦੇ ਨਾਲ ਭੋਗ ਕਰਾਂ ਸੈਕਸ ਕਰਾਂ ਤੇ ਐਸ ਦੇ ਮਨ ਦੇ ਅੰਦਰ ਵੀ ਫੁਰਨਾ ਆਇਆ ਕਿ ਮੈਂ ਇਸ ਸਤਰੀ ਦੇ ਨਾਲ ਭੋਗ ਕਰਾਂ ਪਰ ਮੇਰੇ ਡਰ ਦੇ ਮਾਰੇ ਦੋਨੋਂ ਇੱਕ ਦੂਜੇ ਨੂੰ ਬੋਲ ਸਕੇ ਕਹਿੰਦੇ ਉਹਨਾਂ ਦਾ ਫੁਰਨਾ ਅਗਲੇ ਜਨਮ ਦੇ ਅੰਦਰ ਇਸਤਰੀ ਤੇ ਪੁਰਸ਼ ਬਣੇ ਤੇ ਇੱਕ ਰਾਤ ਦੇ ਲਈ ਦੋਨਾਂ ਦਾ ਮੇਲ ਹੋਇਆ ਤੇ ਇੱਕ ਰਾਤ ਦੇ ਮੇਲ ਤੋਂ ਬਾਅਦ ਇਹਨਾਂ ਦੇ ਕਰਮ ਪੂਰੇ ਹੋਏ ਤੇ ਇਹ ਤੇ ਆਪਣੇ ਕਰਮ ਭੋਗਣ ਆਏ ਸੀਗੇ ਮੈਂ ਤਾਂ ਇੱਕ ਜਰੀਆ ਮੈਂ ਕਹੋਂ ਨਾ ਪਰਮੇਸ਼ਰ ਦਾ ਹੁਕਮ ਪਲਟਣ ਵਾਲਾ ਤੇ ਉਹ ਕਹਿ ਰਹੇ ਨੇ ਕਬੀਰਾ ਜੀ ਭਾਈ ਸੰਤੋਖ ਸਿੰਘ ਜੀ ਵੀ ਕਮਾਲ ਨੇ ਉਹ ਵੀ ਪੂਰਨ ਸੰਤ ਨੇ ਕਹਿੰਦੇ ਸੰਤ ਹੁਕਮ ਕੋ ਫੇਰ ਨਾ ਸਤਕਾ ਉਹ ਫੇਰਦੇ ਥੋੜੀ ਨਾ ਸੰਤਾਂ ਦਾ ਹੁਕਮ ਪਰਮੇਸ਼ਰ ਦਾ ਸਗਰੇ ਸਾਦਰ ਲੈ ਸਿਰ ਧਾਰ ਕਹਿੰਦੇ ਆਪਣੇ ਸਿਰ ਤੇ ਲੈ ਲੈਂਦੇ ਨੇ ਜੋ ਵੀ ਬਚਨ ਹੋਵੇ ਆਪਣੇ ਸਿਰ ਤੇ ਗੁਜ਼ਾਰਦੇ ਨੇ ਬੁੱਢਾ ਸਾਹਿਬ ਤਪ ਕੀ ਮੂਰਤ ਕਹਿੰਦੇ ਬਾਬਾ ਬੁੱਢਾ ਜੀ ਤੇ ਆਪ ਕਿਸੇ ਨੇ ਤਪ ਦੀ ਮੂਰਤ ਦੇਖਣੀ ਹੋਵੇ ਨਾ ਉਹ ਬਾਬੇ ਬੁੱਢੇ ਦੇ ਦਰਸ਼ਨ ਕਰ ਲਓ ਜੇ ਕੋਈ ਧਰਤੀ ਤੇ ਪੁੱਛੇ ਨਾ ਵੀ ਤਪ ਕੀ ਹੁੰਦਾ ਉਹ ਬਾਬੇ ਬੁੱਢੇ ਦੇ ਦਰਸ਼ਨ ਕਰ ਲਓ ਕਿਉਂ ਕਿ ਅੰਮ੍ਰਿਤ ਵੇਲੇ ਉੱਠ ਕੇ ਗੁਰ ਸ਼ਬਦ ਦੇ ਅੰਦਰ ਮਨ ਜੋੜਨਾ ਮਨ ਸ਼ਬਦ ਦੇ ਅੰਦਰ ਜੋੜ ਕੇ ਗੁਰਬਾਣੀ ਪੜ੍ਹਨੀ ਗੁਰੂ ਕੇ ਸਿੱਖਾਂ ਦੀ ਸੇਵਾ ਕਰਨੀ ਗੁਰੂ ਘਰ ਦੀ ਸੇਵਾ ਕਰਨੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ ਸਰੋਵਰਾਂ ਦੀ ਸੇਵਾ ਕਰਨੀ ਗੁਰੂ ਦੀ ਸੰਗਤ ਦੀ ਆਉ ਭਗਤ ਕਰਨੀ ਗੁਰੂ ਕੇ ਚਰਨ ਪਰਸ ਨੇ ਘੂੜਿਆਂ ਦੀ ਸੰਭਾਲ ਕਰਨੀ ਫੌਜ ਤਿਆਰ ਕਰਨੀ ਸ਼ਸਤਰ ਤਿਆਰ ਕਰਨੇ ਬਾਬਾ ਬੁੱਢਾ ਜੀ ਤੇ 24 ਘੰਟੇ ਚੋਂ ਅੱਠੇ ਪੈਰ ਗੁਰੂ ਦੀ ਸੇਵਾ 'ਚ ਟਹਿਲ ਤਤ ਪਰ ਤਪ ਦਾ ਜੇ ਡੈਫੀਨੇਸ਼ਨ ਪੁੱਛੀਏ ਵੀ ਤਪ ਦੀ ਡੈਫੀਨੇਸ਼ਨ ਕੀ ਹੈ ਤੇ 탑 ਇਸ ਇਕੁਅਲ ਟੂ ਕਹਿ ਦੋ ਬਾਬਾ ਬੁੱਢਾ ਜੀ ਤੇ ਬਾਬਾ ਬੁੱਢਾ ਜੀ ਤੇ ਬਰਾਬਰ 탑 ਦੀ ਮੂਰਤ ਹੋਰ ਕੋਈ ਨਹੀਂ ਸੰਸਾਰ ਪੂਰੇ ਤੇ ਆਤਮ ਗਿਆਨੀ ਗੁਣ ਗਨਸਾਰ ਆਹਾਹਾਹਾਹਾ ਬ੍ਰਹਮ ਗਿਆਨੀ ਨੇ ਬਾਬਾ ਬੁੱਢਾ ਜੀ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖਾ ਇਕਸ ਬਿਨ ਕੋਏ ਨਾਨਕ ਇਹੋ ਲੱਛਣ ਬ੍ਰਹਮ ਗਿਆਨੀ ਹੋਏ ਤੇ ਸੱਚੇ ਪਾਤਸ਼ਾਹ ਮਹਾਰਾਜ ਬ੍ਰਹਮ ਗਿਆਨੀ ਨੇ ਬਾਬਾ ਬੁੱਢਾ ਜੀ ਜਿਵੇਂ ਵੇ ਬਾਂਛਤ ਹੋਏ ਪ੍ਰਾਪਤ ਕਹਿੰਦੇ ਆਤਮ ਗਿਆਨੀ ਨੇ ਆਪਣੀ ਆਤਮਾ ਦਾ ਸਰੂਪ ਜਾਣਦੇ ਨੇ ਕਿ ਉਹਨਾਂ ਨੇ ਆਪਣੇ ਆਪ ਦੇ ਅੰਦਰ ਆਤਮਾ ਦਾ ਸਰੂਪ ਨੂੰ ਜਾਣ ਲਿਆ ਆਤਮ ਗਿਆਨੀ ਬ੍ਰह्म ਗਿਆਨੀ ਨੇ ਗੁਣ ਗਨ ਅਨਸਾਰ ਸਮੂਹ ਸ੍ਰੇਸ਼ਟ ਗੁਣਾਵਲੇ ਨੇ ਜਿਵੇਂ ਵੇ ਬਾਂਛਤ ਹੋਏ ਪ੍ਰਾਪਤ ਜਿਹੜਾ ਬਾਬਾ ਬੁੱਢਾ ਜੀ ਨੂੰ ਸੇਵ ਲਵੇ ਉਹਨੂੰ ਮਨ ਬਾਂਛਤ ਫਲ ਪ੍ਰਾਪਤ ਹੁੰਦਾ ਹੈ ਦੁਖ ਦਰਦ ਕੈ ਦੁੰਦ ਬਿਦਾਰ ਕਹਿੰਦੇ ਦੁੱਖ ਤੇ ਦਰਿਦਰੀ ਦੇ ਦੁੰਦ ਬਿਦਾਰ ਦਿੰਦੇ ਨੇ ਦੁੱਖ ਕਿਸੇ ਨੂੰ ਹੋਵੇ ਦਰਿਦਰੀ ਗਰੀਬੀ ਹੋਵੇ ਦੁੰਦ ਮਹਾਨ ਦੁੱਖ ਤੇ ਦਰਦ ਹੋਣ ਮਹਾਨ ਗਰੀਬੀਆਂ ਹੋਣ ਉਹ ਬਿਦਾਰ ਦੂਰ ਕਰ ਦਿੰਦੇ ਨੇ ਦੋਹਰਾ ਇਤਿਆਦਕ ਗੁਣ ਵਿਰਧ ਕੈ ਵਰਨੇ ਸ੍ਰੀ ਮੁਖ ਆਪ ਇਸ ਪ੍ਰਕਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੁਣ ਬਾਬਾ ਬੁੱਢਾ ਜੀ ਗਾਉਂਦੇ ਨੇ ਤੇ ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬੇ ਬੁੱਢੇ ਕੇ ਗੁਣ ਗਾਏ ਨੇ ਸੋਨ ਗੰਗਾ ਬੰਦਨ ਕਰੀ ਧਨ ਸਿੱਖ ਨਿਸ਼ਪਾਪ ਮਾਤਾ ਗੰਗਾ ਜੀ ਮੱਥਾ ਟੇਕਦੇ ਨੇ ਕਹਿੰਦੇ ਧੰਨ ਗੁਰੂ ਤੇ ਧੰਨ ਗੁਰੂ ਕੇ ਸਿੱਖ ਐਸੇ ਗੁਰਸਿੱਖ ਧੰਨ ਨੇ ਜਿਨ੍ਹਾਂ ਦੀ ਤਾਰੀਫ ਗੁਰੂ ਕਰ ਰਹੇ ਨੇ ਐਸੇ ਸਿੱਖ ਧੰਨ ਨੇ ਜਿਨ੍ਹਾਂ ਦੀ ਤਾਰੀਫ਼ ਗੁਰੂ ਕਰ ਰਹੇ ਨੇ ਤੇ ਮਾਤਾ ਗੰਗਾ ਜੀ ਮੱਥਾ ਟੇਕਦੇ ਨੇ ਜਨਮਦਾਰ ਦੀ ਕਾ ਕਲਪ ਸਿੰਘ ਪੜ ਲਓ ਪੰਜ ਹੋ ਗਏ ਛੰਦ ਪੂਰੇ ਜਨਮਦਾਰ ਦੀ ਘਰ ਵਿਖੇ ਕਲਪ ਤਰੂ ਜਮ ਪਾਏ ਕਹਿੰਦੇ ਜਨਮਦਾਰਿਤਰੀ ਘਰ ਵਿਖੇ ਕਲਪ ਤਰੂ ਜਮ ਪਾਏ ਕਹਿੰਦੇ ਜਿਵੇਂ ਬੰਦਾ ਬਹੁਤ ਗਰੀਬ ਹੋਵੇ ਬਹੁਤ ਗਰੀਬ ਹੋਵੇ ਤੇ ਕਲਪ ਬ੍ਰਿਖ ਉਹਦੇ ਘਰ ਆ ਜਾਵੇ ਤੇ ਉਹ ਕਿੰਨਾ ਪ੍ਰਸੰਨ ਹੁੰਦਾ ਉਸੀ ਤਰ੍ਹਾਂ ਮਾਤਾ ਗੰਗਾ ਜੀ ਨੂੰ ਲੋਕੀ ਤਾਂ ਕਹਿ ਰਹੇ ਸੀ ਵੀ ਮਾਤਾ ਉਤਰੀ ਜਾਏਗੀ ਪਰ ਘਰ ਪੁੱਤਰ ਦਾ ਵਰ ਮਿਲ ਗਿਆ ਗੁਰਤਾ ਗੱਦੀ ਤੇ ਬੈਠਣ ਦਾ ਮਹਾਨ ਯੋਧੇ ਦਾ ਤੇ ਮਾਤਾ ਖੁਸ਼ ਹੋ ਗਈ। ਜੈਮ ਪ੍ਰਸਾਨ ਗੰਗਾ ਭੈ ਚਿੰਤਾ ਸਕਲ ਮਿਟਾਏ ਕਹਿੰਦੇ ਮਾਤਾ ਗੰਗਾ ਖੁਸ਼ ਹੋ ਗਈ ਸਾਰੀ ਚਿੰਤਾ ਦੂਰ ਹੋਈ। ਸੋਰਠਾ ਪਤਕੋ ਅਸਨ ਅਚਾਏ ਪਰਮ ਪ੍ਰੇਮ ਬੈਠੀ ਨਿਕਟ ਕਹਿੰਦੇ ਪਤਕੋ ਅਸਨ ਅਚਾਏ ਪਤੀ ਦੇ ਮਹਾਰਾ ਮਾਤਾ ਗੰਗਾਪਤੀ ਜੀ ਦੇ ਗੁਰੂ ਅਰਜਨ ਦੇਵ ਜੀ ਦੇ ਆਸਨ ਦੇ ਕੋਲ ਚਰਨਾਂ ਦੇ ਕੋਲ ਪਾਵੇ ਦੇ ਕੋਲ ਥੱਲੇ ਬੈਠ ਗਏ ਤੇ ਹੱਥ ਜੋੜ ਕੇ ਗੁਰੂ ਅਰਜਨ ਦੇ ਮਹਾਰਾਜ ਨੂੰ ਪ੍ਰਸ਼ਾਦਾ ਛਕਾਉਂਦੇ ਨੇ ਪੁਨ ਆਪਨ ਮੁਖ ਪਾਏ ਚਿਤ ਚਿੰਤਾ ਕਾਟੀ ਵਿਕਟ ਕਹਿੰਦੇ ਪੁਨ ਆਪਨ ਮੁਖ ਪਾਏ ਕਹਿੰਦੇ ਪਹਿਲੇ ਸਤਿਗੁਰੂ ਨੂੰ ਪ੍ਰਸ਼ਾਦਾ ਛਕਾਇਆ ਫਿਰ ਮਾਤਾ ਨੇ ਆਪਣੇ ਮੁਖ ਚ ਪਾਇਆ ਚਿਤ ਚਿੰਤਾ ਕਾਟੀ ਵਿਕਟ ਕਹਿੰਦੇ ਇਸ ਪ੍ਰਕਾਰ ਮਾਤਾ ਦੀ ਸਰੀਰਿਕ ਦੁੱਖ ਤੇ ਸਰੀਰ ਦੀ ਜਿਹੜੀ ਥਕਾਵਟ ਹੋ ਗਈ ਸੀ ਦੁੱਖ ਤਾਂ ਨਹੀਂ ਕਹਿ ਸਕਦੇ ਤੇ ਉਹ ਥਕਾਵਟ ਹੋ ਗਈ ਤੇ ਜਿਹੜਾ ਅਧਿਆਤਮਕ ਸੁਖ ਪ੍ਰਾਪਤ ਹੋਇਆ ਮਾਤਾ ਗੰਗਾ ਦੋਨੋਂ ਪਾਸੋਂ ਸੁਖੀ ਹੋ ਗਈ ਨਸਮਹ ਆਨੰਦਮਾਨ ਸੁਪਤ ਜਥਾ ਸੁਖ ਹੈ ਰਹੇ ਆਹਾ ਹਾ 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 ਮਾਤਾ ਗੰਗਾ ਜੀ ਨੂੰ ਅੱਜ ਸੁਖ ਦੀ ਨੀਂਦ ਆਈ ਮਨ ਵੀ ਸ਼ਾਂਤ ਤਨ ਵੀ ਸ਼ਾਂਤ ਤਨ ਪਦ ਬੰਦਨ ਠਾਨ ਕਾਵ ਸੰਤੋਖ ਸਿੰਘ ਗੁਣ ਕਹੈ ਕਹਿੰਦੇ ਤੁਨਾਂ ਦੇ ਚਰਨਾਂ ਦੇ ਉੱਤੇ ਬੰਦਨਾ ਠਾਨਦੇ ਨੇ ਕਵੀ ਸੰਤੋਖ ਸਿੰਘ ਕਹਿੰਦੇ ਧੰਨ ਮਾਤਾ ਗੰਗਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਧੰਨ ਬਾਬਾ ਬੁੱਢਾ ਜੀ ਤੇ ਧੰਨ ਗੁਰੂ ਕੀ ਸੰਗਤ ਸਾਰਿਆਂ ਨੂੰ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਦੇ ਗੁਣਾਂ ਨੂੰ ਨਮਸਕਾਰ ਕਰਦੇ ਨੇ ਇਤਿ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥੇ ਤ੍ਰਿਤੀਆ ਰਾਸੇ ਭਾਈ ਬੁੱਢੇ दे लेन प्रसंग बरनंग वर्णन नाम तृतीय असु हाँ जी वाई गुरु जी का काल सा, सा वाई गुरु जी की होते हाँ जी अगला करना प्रसंग भाई दिलराज जी तो समाप्ति कर दी बस अभी आगे देखो फिर हां देख लो मेन तो कोई नहीं करना शुरू करना कर लो जो सब का से न ਮਾਗੇ ਅਗਲੇ ਅਗਲੇ ਕਲਾਸ ਕਰਦੇ ਫਿਰ 10 ਹੀ ਮਿੰਟ ਰਹਿੰਦੇ ਤਾਂ ਕਰਕੇ ਇੰਨਾ ਦੂਜਾ ਪ੍ਰਸੰਗ ਦਾ ਹੋਣਾ ਸ਼ੁਰੂ ਹੀ ਹੋਣਾ ਇੱਕ ਦੋ ਦੋ ਹੋਰੇ ਬਸ ਕਰ ਲਓ ਆਪ ਜੀ ਕੋਲ 9 ਵਜੇ ਤੱਕ ਕਰ ਲਓ ਕਰ ਲਓ 9 ਵਜੇ ਤੱਕ ਠੀਕ ਸ੍ਰੀ ਸ੍ਰੀ ਹਰ ਗੋਬਿੰਦ ਜੀ ਅਵਤਾਰ ਧਾਰਿਆ ਦੋਹਰਾ ਸ੍ਰੀ ਅਰਜਨ ਔਰ ਗੰਗਜੋਤ ਪਰਮ ਪ੍ਰਸਾਨ ਸੁ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਮਾਤਾ ਗੰਗਾ ਜੀ ਨੂੰ ਇਸ ਤਰ੍ਹਾਂ ਰਾਤ ਵਿਸ਼ਰਾਮ ਕੀਤਾ ਦੋਨੋਂ ਪਾਤਸ਼ਾਹ ਵੀ ਪ੍ਰਸਾਨ ਨੇ ਤੇ ਮਾਤਾ ਵੀ ਪ੍ਰਸੰਨ ਹੈ ਚਹਤ ਪੁੱਤਰ ਬੜੇ ਤੇਜ ਮੈਂ ਜਹੇ ਸਮ ਦੁਤੀ ਨ ਕੋਏ ਕਹਿੰਦੇ ਜਿਸ ਤਰ੍ਹਾਂ ਮਾਤਾ ਪੁੱਤਰ ਚੌਂਦੀ ਸੀ ਵੱਡ ਤੇਜ ਪ੍ਰਤਾਪ ਵਾਲਾ ਕਹਿੰਦੇ ਉਸ ਦੇ ਸੰਸਾਰ ਕੋਈ ਦੂਸਰਾ ਬਰਾਬਰ ਸੰਸਾਰ ਤੇ ਨਹੀਂ ਹੈ ਬ੍ਰਿਧ ਬਰ ਪਾਇ ਗੰਗਾ ਗਰਭ ਧਰਿਓ ਹੈ ਤਬ ਬ੍ਰਿਧ ਬਾਰ ਪਾਇ ਗੰਗ ਗਰਭ ਧਰਿਓ ਹੈ ਤਬ ਦੰਪਤ ਆਨੰਦ ਪਏ ਦਾਸੀ ਆ ਰਦਾਸ ਗਨ ਔਰ ਹਿੱਤਕਾਰ ਸੋ ਪ੍ਰਸੰਨ ਭਏ ਭਾਰੀ ਸੂਨ ਗੋਰੀ ਅਵਤਾਰੀ ਪ੍ਰਗਟੋਗੋ ਜਿਸ ਜਾਸਗਨ ਠੀਕ ਐ ਇਦਾਂ ਚਲਾਲ ਚਲਾ ਲਿਓ ਹਾਂਜੀ ਕਬੀਤ ਕਹਿੰਦੇ ਬਿਰਧ ਬਾ ਰਪਾਏ ਗੰਗ ਗਰਭ ਤਰਿਓ ਹੈ ਕਹਿੰਦੇ ਬਾਬਾ ਬੁੱਢਾ ਜੀ ਦੇ ਬਚਨ ਹੋਏ ਤੇ ਮਾਤਾ ਗੰਗਾ ਜੀ ਨੇ ਗਰਭ ਤਾਰਨ ਕਰ ਲਿਆ ਬਾਬਾ ਬੁੱਢਾ ਜੀ ਦੇ ਬਚਨਾਂ ਦੇ ਨਾਲ ਮਾਤਾ ਗੰਗਾ ਜੀ ਦੇ ਪਾਵਨ ਪਵਿੱਤਰ ਉਦਰ ਦੇ ਅੰਦਰ ਤਨ ਤਨ ਜਗਤ ਗੁਰੂ ਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਤਾਰ ਧਾਰ ਲਿਆ ਦੰਪਤ ਅਨੰਦ ਭੇ ਦਾਸੀ ਅਰਦਾਸ ਗਨ ਦੰਪਤ ਕਹਿੰਦੇ ਨੇ ਗੁਰੂ ਅਰਜਨ ਦੇ ਮਹਾਰਾਜ ਤੇ ਮਾਤਾ ਗੰਗਾ ਜੀ ਹਸਬੰਡ ਵਾਈਫ ਨੂੰ ਦੰਪਤੀ ਕਹਿੰਦੇ ਨੇ ਅਨੰਦ ਹੋ ਗਏ ਦਾਸ ਦਾਸੀ ਸਾਰੇ ਖੁਸ਼ ਹੋਏ ਬਈ ਮਾਤਾ ਗੰਗਾ ਜੀ ਗਰਭਵਤੀ ਹੋਏ ਨੇ ਔਰ ਹਿਤਕਾਰੀ ਸੋ ਪ੍ਰਸੰਨ ਭੇ ਭਾਰੀ ਸੁਨ ਕਹਿੰਦੇ ਹਿਤਕਾਰੀ ਹੋਰ ਜਿੰਨੇ ਵੀ ਸੁਣਨ ਵਾਲੇ ਸੀ ਜਿਨ੍ਹਾਂ ਨੂੰ ਖੁਸ਼ੀ ਹੋਈ ਆਈ ਸੰਗਤ ਨੂੰ ਸਾਰੇ ਖੁਸ਼ ਹੋਏ ਗੁਰ ਅਵਤਾਰੀ ਪ੍ਰਗਟ ਪ੍ਰਗਟਾ ਗੋ ਜਿਸ ਜਾਸ ਗਨ ਕਹਿੰਦੇ ਗੁਰੂ ਅਵਤਾਰ ਗੁਰੂ ਅਰਗੁਬਿੰਦ ਸਾਹਿਬ ਹੁਣ ਪ੍ਰਗਟ ਹੋਣਗੇ ਗੁਰ ਅਵਤਾਰੀ ਪ੍ਰਗਟ ਪ੍ਰਗਟੈ ਗੋ ਬਾਬਾ ਬੁੱਢਾ ਜੀ ਦੇ ਵਾਰ ਨਾਲ ਅਵਤਾਰੀ ਗੁਰੂ ਪ੍ਰਗਟ ਹੋਣਗੇ ਜਿਸ ਜਾਸ ਗਨ ਕਹਿੰਦੇ ਜਿਨ੍ਹਾਂ ਦਾ ਜਸ ਪੂਰੀ ਧਰਤੀ ਤੇ ਹੋਵੇਗਾ ਹੋਏਗੀ ਵਧਾਈ ਹਮ ਪਾਂਛਤ ਕੋ ਪਾਈ ਕਹਿੰਦੇ ਸਾਰਿਆਂ ਨੂੰ ਵਧਾਈ ਹੋਵੇਗੀ ਮਨ ਬੰਛਤ ਫਲ ਸਾਰਿਆਂ ਨੂੰ ਮਿਲਣਗੇ ਕਿਉਂਕਿ ਜਦੋਂ ਪੁੱਤਰ ਪੈਦਾ ਹੁੰਦਾ ਸੀ ਨਾ ਤੇ ਪਹਿਲਾਂ ਉਹ ਦਿੰਦੇ ਸੀਗੇ ਜਿਵੇਂ ਮੋਤੀਆਂ ਦਾ ਗਲ ਦਾ ਹਾਰ ਲਾ ਕੇ ਦੇ ਤਾ ਗਰੀਬਾਂ ਨੂੰ ਤਾਂ ਦੇ ਤਾ ਤੇ ਸੰਗਤ ਆਪਸ ਹੀ ਕਹਿੰਦੀ ਹੈ ਵੀ ਸਾਨੂੰ ਵੀ ਮਨ ਬਾਂਛਤ ਫਲ ਮਿਲਣਗੇ ਗੁਰੂ ਘਰ ਖੁਸ਼ੀ ਆਵੇਗੀ ਤਬ ਲਹੇਂਗੇ ਦਰਸ ਕਰਾਂ ਪੂਰਨ ਕੀ ਆਸ ਗਨ ਕਹਿੰਦੇ ਤਦੋਂ ਅਸੀਂ ਦਰਸ਼ ਕਰਾਂਗੇ ਪੂਰਨ ਕੀ ਆਸ ਗਨ ਕਹਿੰਦੇ ਉਸ ਮਹਾਨ ਅਵਤਾਰੀ ਪੁੱਤਰ ਦੇ ਅਸੀਂ ਵੀ ਦਰਸ਼ਨ ਕਰਾਂਗੇ ਆਪਣੀ ਆਸਾ ਪੂਰੀ ਕਰਾਂਗੇ ਵੱਡਾਂਗੇ ਬਿਲਾਸ ਗਨ ਹੇਰਾਂਗੇ ਪ੍ਰਕਾਸ਼ ਗਨ ਕਹਿੰਦੇ ਸਾਡ ਵੱਡਾਂਗੇ ਕਹਿੰਦੇ ਵਧੇਗਾ ਬਿਲਾਸ ਕਹਿੰਦੇ ਨੇ ਖੁਸ਼ੀ ਹਰਾਂਗੇ ਪ੍ਰਕਾਸ਼ ਹਰਾਂਗੇ ਕੀ ਹੁੰਦਾ ਦੂਰ ਹੋਏਗਾ ਕੀ ਪ੍ਰਕਾਸ਼ ਵੱਡਾਂਗੇ ਬਿਲਾਸ ਗਨ ਹੇਰਾਂਗੇ ਵਾਹਿਗੁਰੂ ਹਰਾਂਗੇ ਨਹੀਂ ਜੀ ਹੇਰਾਂਗੇ ਤੁਸੀਂ ਠੀਕ ਪੜਿਆ ਸੀ ਹੇਰਾਂਗੇ ਹੇਰਾਂਗੇ ਮਤਲਬ ਦੇਖਾਂਗੇ ਪ੍ਰਕਾਸ਼ ਗਨ ਨੂੰ ਪ੍ਰਕਾਸ਼ ਨੂੰ ਮਤਲਬ ਖੁਸ਼ੀ ਦੇਖਾਂਗੇ ਖੁਸ਼ੀ ਵਧੇਗੀ ਤੇ ਪ੍ਰਕਾਸ਼ ਦੇਖਾਂਗੇ ਸ਼ਤਰੁ ਉਦਾਸ ਗਨ ਲਹਗੇ ਬਨਾਸ਼ ਗਨ ਕਹਿੰਦੇ ਸ਼ਤਰੂ ਜਿਹੜੇ ਨੇ ਉਹ ਹੁਣ ਉਦਾਸ ਹੋਣਗੇ ਉਹਨਾਂ ਦਾ ਨਾਸ਼ ਹੋਵੇਗਾ ਤੇ ਉਹ ਵਿਨਾਸ਼ ਖਤਮ ਹੋ ਜਾਣਗੇ ਧਰਤੀ ਤੋਂ ਸੰਤਨ ਕੀ ਮਹਿਮਾ ਅਨੰਤ ਹੀ ਵਿਚਾਰਾ ਚਿਤ ਕਹਿੰਦੇ ਸੰਤਾਂ ਦੀ ਮਹਾਨ ਮਹਾਨ ਮਹਿਮਾ ਹੈ ਅਨੰਤ ਹੀ ਵਿਚਾਰਾ ਚਿਤ ਕਹਿੰਦੇ ਆਪਣੇ ਚਿੱਤ ਦੇ ਅੰਦਰ ਸੰਤਾਂ ਦੀ ਮਹਾਨ ਮਹੱਤਵਤਾ ਨੂੰ ਸੰਗਤ ਵਿਚਾਰਦੀ ਹੈ ਸਮ ਭਗਵੰਤ ਕੇ ਮਿਲenge ਅੰਤਤ ਅੰਤ ਤਾਹ ਸੋ ਕਹਿੰਦੇ ਗੁਰੂ ਅਰਜਨ ਦੇ ਮਹਾਰਾਜ ਦੇ ਘਰ ਮਹਾਨ ਪ੍ਰਤਾਪੀ ਪੁੱਤਰ ਪੈਦਾ ਹੋਵੇਗਾ ਭਗਵਾਨ ਰੂਪ ਜੋ ਸੰਭਗਵੰਤ ਕੇ ਮਿਲਾਂਗੇ ਅੰਤ ਤਾਹੇ ਸੋ ਕਹਿੰਦੇ ਉਹ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਸੁਪੁੱਤਰ ਗੁਰੂ ਅਰਗੁਬਿੰਦ ਸਾਹਿਬ ਨੂੰ ਮਿਲ ਕੇ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ ਗੁਰੂ ਅਰਜਨ ਔਰ ਧਾਰਿਓ ਜੋ ਉਚਾਰਿਓ ਸਰਾਪ ਹੁਣ ਗੁਰੂ ਅਰਜਨ ਦੇ ਮਹਾਰਾਜ ਜੀ ਦੂਸਰਾ ਪੱਖ ਸੋਚਦੇ ਨੇ ਮਾਤਾ ਗੰਗਾ ਜੀ ਦੂਸਰੀ ਵਾਰੀ ਤੇ ਵਹਰ ਲੈ ਆਏ ਸਾਰੇ ਖੁਸ਼ ਹੋਗੇ ਪਾ ਜਦੋਂ ਪਹਿਲੀ ਵਾਰ ਹੀ ਗਏ ਸੀ ਬਾਬੇ ਬੁੱਢੇ ਨੇ ਸ਼ਰਾਬ ਦਿੱਤਾ ਸੀ ਵੀ ਗੁਰੂ ਘਰ ਨੂੰ ਪਾਜੜਾਂ ਪਹਿਨਗੀਆਂ ਮਹਾਰਾਜ ਉਹ ਸੋਚਦੇ ਨੇ ਹੁਣ ਉਹ ਵਾਕ ਪੂਰਾ ਕਰ ਦਈਏ ਤਾਂ ਕੋ ਸਤ ਹੋਣ ਬਨਾ ਹੀਨ ਫਲ ਨਾਹੇ ਸੋ ਕਹਿੰਦੇ ਉਹਨਾਂ ਨੂੰ ਵੀ ਸਤ ਕਰਨਾ ਪਏਗਾ ਬ੍ਰਹਮ ਗਿਆਨੀ ਦੇ ਮੁਖ ਤੋਂ ਬਚਨ ਨਿਕਲਿਆ ਇੱਕ ਸਾਧ ਬਚਨ ਅਟਲਾਦਾ ਉਹ ਬਚਨ ਪੂਰਾ ਕਰਨ ਦੇ ਲਈ ਪਤਰ ਤੇ ਪ੍ਰਥਮ ਪਨਿਓ ਪ੍ਰਥਮ ਹੀ ਭੋਗ ਹੋ ਜਾਏ ਕਹਿੰਦੇ ਪੁੱਤਰ ਤੋਂ ਪਹਿਲਾਂ ਹੀ ਸ਼ਰਾਬ ਹੋ ਗਈ ਹੈ ਕਿਉਂਕਿ ਸ਼ਰਾਬ ਪਹਿਲਾਂ ਮਿਲਿਆ ਸੀ ਪੁੱਤਰ ਦਾ ਬਰ ਬਾਅਦ ਚ ਮਿਲਿਆ ਗੁਰੂ ਅਰਜਨ ਦੇ ਮਹਾਰਾਜ ਜੀ ਵੀ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਨਣਾ ਬਾਬੇ ਬੁੱਢੇ ਕੇ ਨੇ ਸ਼ਰਾਬ ਦਿੱਤਾ ਤੇ ਬਾਬਾ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਵੀ ਪਹਿਲਾਂ ਤਾਂ ਉਹਦਾ ਉਹ ਬਚਨ ਪੂਰਾ ਕਰੀਏ ਤੇ ਉਹ ਬਚਨ ਪੂਰਾ ਕਰਨ ਦੇ ਲਈ ਕਿਉਂ ਕਿਉਂਕਿ ਪੁੱਤਰ ਦਾ ਬਚਨ ਬਾਅਦ ਚ ਹੋਇਆ ਪੁੱਤਰ ਤੇ ਪ੍ਰਥਮ ਪਨਿਓ ਸ਼ਰਾਬ ਪਹਿਲਾਂ ਦਿੱਤਾ ਪ੍ਰਥਮ ਹੀ ਭੋਗਿਓ ਜਾਏ ਭੋਗਣਾ ਵੀ ਪਹਿਲੇ ਪੈਣਾ ਹੈ ਜੋਗਤ ਇਹ ਹੀ ਹੈ ਦੁੱਖ ਸੁਖ ਸੇਵਾ ਚਾਹੇ ਸੋ ਕਹਿੰਦੇ ਜੋਗਤ ਇਹ ਹੀ ਹੈ ਐਸੀ ਪ੍ਰਕਾਰ ਹੀ ਗੱਲ ਠੀਕ ਹੋਵੇਗੀ ਜੇ ਸੁਖ ਬਾਅਦ ਚੋਂ ਮਿਲਿਆ ਦੁੱਖ ਪਹਿਲਾਂ ਮਿਲਿਆ ਤਾਂ ਦੁੱਖ ਪਹਿਲਾਂ ਭੋਗਣਾ ਪਵੇਗਾ ਬਚਨ ਅਮਿਟ ਹੈ ਉਪਾਇ ਤੇ ਨਾ ਹੱਟ ਹੈ ਕਹਿੰਦੇ ਬਚਨ ਅਮਿਟ ਨੇ ਬਾਬੇ ਬੁੱਢੇ ਕੇ ਉਪਾਇ ਤੇ ਨਾ ਹੱਟ ਹੈ ਹੁਣ ਬਚਨ ਤਾਂ ਪੂਰੇ ਹੋਣਗੇ ਕੋਈ ਮਰਜ਼ੀ ਉਪਾਏ ਕਰ ਲਵੋ ਸ਼ਰਾਪ ਤਾਂ ਭੋਗਣਾ ਪਵੇਗਾ ਗੁਰੂ ਘਰ ਨੂੰ ਪਾਜੜਾਂ ਪਹਿਨਗੀਆਂ ਅਨੇਕ ਹੀ ਪਲਟ ਹੈ ਨ ਮਟਾ ਲਟ ਕਾਹੇ ਸੋ ਕਹਿੰਦੇ ਅਨੇਕ ਹੀ ਪਲਟ ਹੈ ਅਨੇਕ ਹੀ ਤਰ੍ਹਾਂ ਬਦਲ ਲਈਏ ਜੈਸੀ ਸਥਾਨ ਬਦਲ ਲਈਏ ਚੈਸੀ ਦੇਸ਼ ਕਾਲ ਵਸਤੂ ਜੋ ਮਰਜੀ ਬਦਲ ਲਈਏ ਪਰ ਬਾਬੇ ਬੁੱਢੇ ਦਾ ਸ਼ਰਾਪ ਤੇ ਵਰ ਅਮਿੱਟ ਨੇ ਇਤਨੇ ਮ ਸੋਧ ਸੁਨ ਸਲਹੀ ਕੋ ਆਗਮਨ ਕਹਿੰਦੇ ਐਨੀ ਗੱਲ ਸੁਣੀ ਮਹਾਰਾਜ ਜੀ ਫੁਰਨਾ ਹੀ ਕਰ ਰਹੇ ਨੇ ਤੇ ਉਧਰੋਂ ਦੂਜੇ ਪਾਸੇ ਪਤਾ ਲੱਗਿਆ ਵੀ ਸੁਲਹੀ ਖਾਨ ਜਿਹੜਾ ਉਹ ਬਾਬੇ ਪਿਰਤੀ ਚੰਦ ਨੇ ਚਿੱਠੀ ਲਿਖੀ ਸੀ ਦਿੱਲੀ ਦਰਬਾਰ ਨੂੰ ਵੀ ਮੇਰਾ ਭਰਾ ਜਿਹੜਾ ਅਰਜਨ ਹੈ ਉਹ ਧੱਕੇ ਨਾਲ ਗੁਰਤਾ ਗੱਦੀ ਤੇ ਬੈਠ ਗਿਆ ਗੁਰਤਾ ਗੱਦੀ ਤਾਂ ਮੇਰੀ ਹੈ ਉਹ ਸੁਲਹੀ ਖਾਨ ਚੜ ਕੇ ਗੁਰੂ ਘਰ ਦੇ ਉੱਤੇ ਆਣ ਲੱਗਾ ਹੈ ਹੁਣ ਵਾਹਨੀ ਸਹੰਸਰਪੰਚ ਸੰਗਪਾਟ ਪੀਰ ਕੀ ਕਹਿੰਦੇ ਵਾਹਨੀ ਕਹਿੰਦੇ ਨੇ ਸੈਨਾ ਨੂੰ ਸਹੰਸਰ ਕਹਿੰਦੇ ਨੇ ਹਜ਼ਾਰ ਨੂੰ ਪੰਜ 5000 ਸੈਨਾ ਦਾ ਟੁਕੜੀ ਲੈ ਕੇ ਗੁਰੂ ਘਰ ਦੇ ਉੱਤੇ ਆ ਰਿਹਾ ਹੈ ਰਥੀਆ ਕੋ ਮੀਤ ਤਾਂ ਪੱਤਰਕਾ ਪਠਾਏ ਨੀਤ ਹਾਂਜੀ ਦੁਬਾਰਾ ਪੜਨਾ ਜੀ। ਪ੍ਰਿਥੀਆ ਕੁਮਿਤ ਤਾਂ ਤ ਪੱਤਰ ਪੱਤ్రਿਕਾ ਪਠਾਏਨੀ ਤ ਬਾਬਾ ਪ੍ਰਿਥੀਚੰਦ ਜਿਹੜਾ ਹੈਗਾ ਉਹ ਸਰਕਾਰੇ ਦਰਬਾਰੇ ਆਪਣੀ ਪਹੁੰਚ ਰੱਖਦਾ ਤੇ ਸਰਕਾਰੇ ਦਰਬਾਰੇ ਪਹੁੰਚ ਕਰਨ ਕਰਕੇ ਪ੍ਰਿਥੀਆ ਕੁਮਿਤ ਪ੍ਰਿਥੀਚੰਦ ਨੂੰ ਮਿੱਤਰ ਬਣਾਇਆ ਸੁਲੀਖਾਨ ਤੇ ਪ੍ਰਿਥੀਚੰਦ ਤਾਂ ਪੈ ਪੱਤਰੀ ਕਾ ਪਠਾਏਨੀ ਤ ਪ੍ਰਿਥੀਚੰਦ ਨੇ ਪੱਤਰੀ ਲਿਖੀ ਸੀ ਬਈ ਮੈਨੂੰ ਗੁਲਤਾ ਗੱਦੀ ਲੈ ਕੇ ਦੇ ਹਮ ਕੋ ਅਨੀਤ ਭਈ ਰੀਤ ਨਗਹਿਰ ਕੀ ਕਹਿੰਦੇ ਗੁਰੂ ਅਰਜਨ ਦੇ ਮਹਾਰਾਜ ਜੀ ਜੋ ਮਨ ਚ ਸੋਚ ਰਹੇ ਨੇ ਹਮ ਕੋ ਅਨੀਤ ਭਈ ਰੀਤ ਨਗਹਿਰ ਕੀ ਉਹ ਉਹ ਸੋਚਦਾ ਹੈ ਪਿਰਥੀ ਚੰਦ ਐ ਸੋਚਦਾ ਵੀ ਜੇ ਮੈਂ ਸਰਕਾਰੇ ਦਰਬਾਰੇ ਰਿਸ਼ਤਾ ਬਣਾਵਾਗਾ ਆਣੇ ਵਾਲੇ ਸਮ ਜੋਖਾ ਰਵੇ ਸੋਖਾ ਰਹੇਗਾ ਪਰ ਗੁਰੂ ਸਾਹਿਬ ਮਹਾਰਾਜ ਅੱਦਾਂ ਸੋਚਦੇ ਨੇ ਵੀ ਜੇ ਅਸੀਂ ਪਰਮੇਸ਼ਵਰ ਨਾਲ ਪ੍ਰੀਤ ਬਣਾਵਾਗੇ ਤਾਂ ਸਾਰੇ ਦੁੱਖ ਦਰਦ ਦੂਰ ਹੋ ਜਾਣਗੇ ਕਹਿੰਦੇ ਹਮ ਕੋ ਨੀਤ ਭਈ ਵੱਡੀਆਂ ਆਦਮੀਆਂ ਜੋ ਕਿ ਵੱਡੇ ਆਦਮੀਆਂ ਦੀ ਰੀਤੀ ਨਹੀਂ ਹੈ ਉਹ ਅਨਿਤੀ ਹੋਈ ਹੈ ਵੀ ਉਹ ਜੋ ਪ੍ਰਿਥੀ ਚੰਦ ਕਰਦਾ ਉਹ ਅਨਿਤੀ ਹੈ ਹਿੱਤ ਨਹੀਂ ਹੈ ਗੁਰੂ ਘਰ ਦੇ ਪੁੱਤਰ ਹੋ ਕੇ ਸਰਕਾਰੀ ਦਰਬਾਰੇ ਗੁੱਡੀ ਹੱਥ ਲਾਣਾ ਠੀਕ ਨਹੀਂ ਜੇਠੋ ਮੈਂ ਸੋ ਬੈਠੋ ਰਹੇ ਲੱਗ ਨੇ ਇੱਕ ਐਠੋ ਧੰਨ ਉਹ ਸੋਚਦਾ ਵੀ ਮੈਂ ਜੇਠਾ ਪੁੱਤਰ ਆ ਜੇਠੇ ਦਾ ਮਤਲਬ ਉਹਦਾ ਵੱਡਾ ਮੈਂ ਵੱਡਾ ਪੁੱਤਰ ਆ ਬੈਠੇ ਰਹੇ ਉਹ ਵੀ ਮੈਂ ਗੱਦੀ ਤੇ ਬੈਠਣ ਲੱਗੂ ਨੇ ਇੱਕ ਐਠੋ ਧੰਨ ਲਗੂ ਗੰਦਨੇ ਛੋਟੇ ਨੂੰ ਗੁਰੂ ਅਰਜਨ ਦੇ ਮਹਾਰਾਜ ਨੂੰ ਕਿਉਂ ਮਿਲ ਗਿਆ ਗੁਰਤਾ ਗੱਦੀ ਤੇ ਤਨ ਲੀਨ ਗੁਰਿਆਈ ਨ ਸਹਾਈ ਤੋਹੇ ਬੀਰ ਕੀ ਕਹਿੰਦੇ ਗੁਰਿਆਈ ਤੇ ਗੱਦੀ ਦਾ ਮਾਲਕ ਮੈਂ ਆ ਤੇ ਗੁਰੂ ਅਰਜਨ ਦੇਵ ਜੀ ਨੂੰ ਕਿਉਂ ਮਿਲ ਗਿਆ ਗੁਰਤਾ ਗੱਦੀ ਐਸੇ ਸੁਣ ਆਇਓ ਸੰਗ ਅਧਿਕ ਸਮਾਜ ਲਿਆਇਓ 5000 ਫੌਜ ਦੀ ਟੁਕੜੀ ਲੈ ਕੇ ਸੁਲਹੀ ਖਾਨ ਚੜ ਕੇ ਆਇਆ ਅਮਰਸਰ ਸਾਹਿਬ ਦੇ ਉੱਤੇ ਚੜ ਕੇ ਜਨ ਕੇਨ ਰੀਤ ਨੀਨ ਆਗਿਆ ਜਹਾਂਗੀਰ ਕੀ ਕਹਿੰਦੇ ਜਹਾਂਗੀਰ ਤੋ ਆਗਿਆ ਲੈ ਕੇ ਆਇਆ ਬਈ ਮੈਂ ਉੱਥੇ ਜਾ ਕੇ ਵੱਡੇ ਪੁੱਤਰ ਗੁਰੂ ਰਾਮਦਾਸ ਤੇ ਨੂੰ ਗੱਦੀ ਤੇ ਬਿਠਾਵਾਂਗਾ ਤੇ ਧਰਮ ਨੀਤੀ ਕਰਾਂਗਾ ਕੀਨਸ ਖਟਾਈ ਗੁਰੂ ਅਰਜਨ ਬਾਦ ਲਿਉ ਕਹਿੰਦੇ ਬਹੁਤ ਜ਼ਿਆਦਾ ਖੁਟਾਈ ਕੀਤੀ ਬਾਬੇ ਪਿਰਤੀ ਚੰਦ ਨੇ ਗੁਰੂ ਅਰਜਨ ਬਾਦ ਲਉ ਤੇ ਗਲਤ ਬਚਨ ਵੀ ਬੋਲਣ ਲੱਗਾ ਜੋ ਅਸੀਂ ਸੰਗਤ ਹੀ ਨਹੀਂ ਬੋਲ ਸਕਦੇ ਉਹ ਪਾਤਸ਼ਾਹ ਬਾਰੇ ਬੋਲਣ ਲੱਗਾ ਕਿ ਮਹਾਰਾਜ ਜੀ ਨੂੰ ਗ੍ਰਿਫਤਾਰ ਕਰ ਲਵਾਵਾਂਗਾ। ਰਾਮਦਾਸਪੁਰਾ ਲੂਟ ਦੇਉ ਮੈਂ ਸਜਾਇ ਕੋ ਤੇ ਪਿਰਥੀ ਚੰਦ ਜਦੋਂ ਸੁਲਹੀ ਖਾਨ ਨੂੰ ਚਿੱਠੀ ਭੇਜੀ ਤੇ ਉਹਨੇ ਕਿਹਾ ਵੀ ਮੈਂ ਤੈਨੂੰ ਵੀ ਦੇਵਾਂਗਾ ਕੁਝ ਪੈਸੇ। ਤੇ ਉਹ ਕੀ ਕਹਿੰਦਾ ਵੀ ਰਾਮਦਾਸਪੁਰ ਨੂੰ ਲੁੱਟ ਲਾਂਗਾ ਅਮਰਤ ਸਰ ਨੂੰ ਤੇ ਉਸ ਚ ਜੋ ਧਨ ਮਿਲੇਗਾ ਲੁੱਟ ਕੇ ਉਹ ਤੈਨੂੰ ਦੇ ਦਵਾਂਗਾ ਤੇ ਦੇਉ ਮੈਂ ਸਜਾਇ ਕੋ। ਕਹਿੰਦੇ ਉਹ ਸੁਲਹੀ ਖਾਨ ਕਹਿੰਦਾ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਮੈਂ ਸਜਾ ਦੇਵਾਂਗਾ। ਵੀਓ ਮੇਰੇ ਦੋਸਤ ਪਿਰਥੀ ਚੰਦ ਨੂੰ ਕਿਉਂ ਤੰਗ ਕਰਦੇ ਨੇ ਮੀਤ ਪਰ ਕਰੋ ਉਪਕਾਰ ਕੋ ਸਿਹਾਰ ਕਰ ਕਹਿੰਦੇ ਮੀਤ ਪਰ ਪਿਰਥੀ ਚੰਦ ਚਿੱਠੀ ਦੇ ਅੰਦਰ ਕੀ ਲਾਈਨ ਲਿਖੀ ਹੈ ਵੀ ਆਪਣੇ ਦੋਸਤ ਦੇ ਉੱਤੇ ਉਪਕਾਰ ਕਰ ਕਿ ਆ ਕੇ ਮੇਰੇ ਅਮਰitsar ਨਗਰ ਦੇ ਅੰਦਰ ਇੱਕ ਤੇ ਲੁੱਟ ਫੁੱਟ ਲੁੱਟਕ ਫੁੱਟ ਕਰ ਤੇ ਆ ਕੇ ਗੁਰੂ ਅਰਜਨ ਦੇਵ ਜੀ ਨੂੰ ਬੰਦੀ ਬਣਾ ਆਇਓ ਦੇਸਿਤ ਆਰਕਲ ਅਨਿਸਮ ਦਾਇਕ ਕਹਿੰਦੇ ਰਿਸ ਕਹਿੰਦੇ ਨੇ ਗੁੱਸੇ ਨੂੰ ਗੁੱਸੇ ਦੇ ਨਾਲ ਵੀਰ ਰਸਤੇ ਨਾਲ ਚੜ ਕੇ ਆ ਗਿਆ ਸਾਰੋ ਭੇਵ ਸੁਨਿ ਗੁਰਦੇਵ ਸਮੋ ਜਾਣ ਲੇਵ ਕਹਿੰਦੇ ਸਾਰਾ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਣੇ ਵਾਲਾ ਸਮਾ ਆਪਣੇ ਹਿਰਦੇ ਦੇ ਅੰਦਰ ਪਹਿਲਾਂ ਹੀ ਵਿਚਾਰ ਲਿਆ ਆਇ ਅਹਮੇਵ ਜਤ ਜਮਨ ਕੋ ਦਾਇਸੋ ਕਹਿੰਦੇ ਜਿਸ ਤਰ੍ਹਾਂ ਯੂਨਾਨ ਦਾ ਵਾਸੀ ਜਿਹੜਾ ਜਮਨ ਸੀਗਾ ਕਾਲ ਜਮਨ ਜਿਹਦੇ ਬਾਰੇ ਦਸਵੇਂ ਪਾਤਸ਼ਾਹ ਨੇ ਆਪਣੀ ਬਾਣੀ ਦੇ ਅੰਦਰ ਬੜਾ ਸੁੰਦਰ ਸਵਈਆ ਵੀ ਲਿਖਿਆ ਜਿਹੜਾ ਕਾਲ ਜਮਨ ਚੜ੍ਹ ਕੇ ਆਇਆ ਸੀਗਾ ਭਗਵਾਨ ਕ੍ਰਿਸ਼ਨ ਦੇ ਉੱਤੇ ਉਵੇਂ ਹੀ ਇਹ ਚੜ੍ਹ ਕੇ ਆਇਆ ਹੈ ਹੋਏ ਫਲ ਸ਼ਰਾਪ ਕੋ ਆਵਾਸ ਤਜਾ ਆਪ ਕੋ ਤੇ ਬਾਬੇ ਪਿਰਤੀ ਚਾਹੁੰਦਾ ਵੀ ਫੁਰਨਾ ਪੂਰਾ ਕਰ ਦਿੰਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਤੇ ਬਾਬੇ ਬੁੱਢੇ ਦਾ ਵੀ ਸ਼ਰਾਪ ਪੂਰਾ ਹੋ ਜਾਏਗਾ ਤੇ ਅਸੀਂ ਇਹ ਘਰ ਛੋੜ ਕੇ ਚਲੇ ਜਾਨੇ ਆਂ ਹੋਏ ਫਲ ਸ਼ਰਾਬ ਕੋ ਸ਼ਰਾਬ ਦਾ ਫਲ ਆਵਾਸ ਤਾਂ ਜੇ ਆਪ ਆਵਾਸ ਕਹਿੰਦੇ ਨੇ ਘਰ ਨੂੰ ਵੀ ਗੁਰੂ ਘਰ ਨੂੰ ਭਾਜਣਾ ਪੈ ਗਿਆ ਵੀ ਉਹ ਸ਼ਰਾਬ ਪੂਰਾ ਕਰ ਦਾਂਗੇ ਬਾਬੇ ਬੁੱਢੇ ਦਾ ਤੇ ਘਰ ਛੋੜ ਕੇ ਚਲੇ ਜਾਾਂਗੇ ਸਮੇਤ ਹੈ ਸੰਤਾਪ ਪਰ ਭਾਜਰ ਸਥਾਏ ਸੋ ਕਹਿੰਦੇ ਦੁੱਖ ਬਈ ਸਮੇਤ ਹੈ ਉਹ ਸਮੇਤ ਹੈ ਸੰਤਾਪ ਦੁੱਖ ਦੇ ਨਾਲ ਉਹ ਅਮਰਸਰ ਨਗਰੀ ਛੱਡਣੀ ਪੈਗੀ ਦਿਲ ਤਾਂ ਨਹੀਂ ਕਰਦਾ ਨਾ ਆਪਣਾ ਘਰ ਛੱਡਣ ਦਾ ਤੇ ਪਰੇ ਭਾਜੜ ਸਥਾਂਏ ਕਹਿੰਦੇ ਇਸ ਪ੍ਰਕਾਰ ਭਾਜੜ ਪੈਜ ਗਈ ਗੁਰੂ ਘਰ ਨੂੰ ਬਾਬੇ ਬੁੱਢੇ ਦਾ ਸ਼ਰਾਪ ਪੂਰਾ ਹੋ ਗਿਆ ਐਨੇ ਕਰ ਲੋ ਪਾਈ हे ਗੋਬਿੰਦ हे गोपाल हे दयाल लाल ਪ੍ਰਾਨਨਾਥ ਨਾ ਸਖੇ ਦੀਨ ਦਰਦ ਨਿਵਾਰ हे ਸਮਰੱਥਯ ਗੰਪੂਰਨ 모हे ਮਯਾ ਤਾਰ ਅੰਧ ਕੂਪ ਮਹਾ ਪਿਆਨ ਨਾਨਕ ਪਾਰ ਉਤਾਰ ਆਇ ਪ੍ਰਭ ਸਰਨਾਗਤੀ ਕਿਰਪਾ ਨਿਦਯਾਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਫਾਹੀ ਘਾਟੇ ਮਿਟੇ ਗਮਨ ਫਤੇ ਭਈ ਮਨ ਜੀਤ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤਨੀਤ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ